ਜਿਹੜਾ ਡਰੱਗ ਰਿਪੋਰਟਾਂ ਵਾਲਾ ਸੀਗਾ ਉਹ ਤੁਸੀਂ ਕਿਵੇਂ ਦੇਖਦੇ ਹੋ? ਤੁਹਾਨੂੰ ਲੱਗਦਾ ਹੈਗਾ ਵੀ ਲੋਕਾਂ ਨੂੰ ਜਾਣਕਾਰੀ ਉਵੇਂ ਮਿਲ ਗਈ ਜਾਂ ਲੋਕਾਂ ਨੂੰ ਉਵੇਂ ਪਤਾ ਲੱਗ ਗਿਆ ਤੇ ਹੁਣ ਉਹ ਗੱਲ ਕਿੱਥੇ ਖੜੀ ਹੈ? ਜੇਲ੍ਹ ਦੇ ਵਿੱਚ ਤੁਹਾਡਾ ਜਾਣਾ ਸੀ ਤੇ ਜੇਲ੍ਹ ਤੋਂ ਬਾਹਰ ਆਉਣਾ, ਚਲੋ ਆਉਣ ਵਾਲੀ ਤੁਸੀਂ ਗੱਲ ਦੱਸਤੀ, ਮਾਫੀ ਮੰਗ ਲਈ, ਜਿਹੜਾ ਜਾਣ ਵਾਲਾ ਸੀ ਉਹ ਕੇਸ ਦਾ ਕਿਵੇਂ ਹੈ, ਕਿੱਥੇ ਖੜ ਗਿਆ ਕੇਸ? ਉਹ ਬਾਕੀ ਤਾਂ ਮੰਗੀ ਸੀ, ਇੱਕ ਵਡਾਪਣ ਵਿਖਾਇਆ ਸੀ ਵੀ ਤੁਸੀਂ ਸਜ਼ਾ ਦਿੱਤੀ, ਅਸੀਂ ਇਸ ਦੇ ਬਾਵਜੂਦ ਵੀ ਮੰਗਦੇ, ਕੋਈ ਮਾਫੀ ਥੋੜਾ ਸੀ? ਇਹ ਤਾਂ ਕਿ ਜੇ ਹੁਣ ਅੱਜ ਮੈਂ ਕਹਾਂ ਤੇ ਮਤਲਬ ਇਹ ਇੱਕ ਲਾਂਤ ਹੈ। ਕਈ ਬੰਦੇ ਇਹ ਵੀ ਕਹਿੰਦੇ ਰਹੇ ਵੀ ਤੁਹਾਡਾ ਜਿਹੜਾ ਜੱਜਾਂ ਪ੍ਰਤੀ ਬਿਹੇਵੀਅਰ ਸੀ ਜਾਂ ਉਸ ਨੂੰ ਲੈ ਕੇ ਵੀ ਕਾਫੀ ਚੀਜ਼ਾਂ, ਬਿਹੇਵੀਅਰ ਤਾਂ ਮੈਨੂੰ ਉਹਨੂੰ ਪ੍ਰੂਫ ਤਾਂ ਕਰੋਗੇ ਨਾ, ਕਹਿਣ ਦਾ ਕੀ ਹੈਗਾ? ਕੋਈ ਚੀਜ਼ ਕੋਈ ਤੁਹਾਡੇ ਤੇ ਇਲਜ਼ਾਮ ਹੈ, ਤੁਸੀਂ ਪ੍ਰੂਫ ਤਾਂ ਕਰੋ। ਜਿਹੜਾ ਮੇਰੇ ਖਿਲਾਫ ਕੋਈ ਐਵੀਡੈਂਸ ਸੀਗਾ, ਜਿਹੜਾ ਮਤਲਬ ਮੇਰੇ ਖਿਲਾਫ ਜਿਹੜੀ ਕੋਈ ਵੀਡੀਓ ਸੀਗੀ ਉਹਨੂੰ ਪ੍ਰੂਫ ਨਹੀਂ ਕਰਨਾ ਸੀ ਕਿ ਕੋਈ ਇਹਨਾਂ ਦੇ ਸਟਾਫ ਦਾ ਬੰਦਾ ਦੇ ਦੂਗਾ ਚੱਕ ਕੇ, ਜੀ ਵੇਖੋ ਅਸੀਂ ਖੁਣਿਆ ਬੋਲਿਆ ਜੀ ਤੇ ਅਸੀਂ ਬੁਲਾ ਕੇ ਸਜ਼ਾ ਕਰ ਦਿਆਂਗੇ, ਇਹ ਪ੍ਰੋਸੀਜਰ ਹੈ? ਰਿਟਾਇਰਡ ਜਸਟਿਸ ਨੂੰ ਮਤਲਬ ਕਿਸੇ ਨੇ ਘੱਟ ਮੁਨਾਫਾ ਦਿੱਤਾ ਕਿਸੇ ਬੈਂਕ ਦੇ ਵਿੱਚੋਂ, ਉਹ ਬੰਦਾ ਦਿੱਲੀਓਂ ਚੁਕਾ ਕੇ ਜੇਲ੍ਹ 'ਚ ਸੁੱਟਿਆ, 3.5 ਸਾਲ ਬਾਅਦ ਉਹਦੀ ਜਮਾਨਤ ਹੋਈ, ਉਹਦੀ ਘਰਵਾਲੀ ਵੀ ਲੈ ਕੇ ਸੁੱਟਦੀ, ਉਹਦੇ ਦੋਸਤ ਵੀ ਲੈ ਕੇ ਸੁੱਟਦੇ, ਇਸ ਤਰ੍ਹਾਂ ਦੇ ਕੰਮ ਇਹ ਜੁਡੀਸ਼ੀ 'ਚ ਬੈਠੇ ਹੋਏ ਲੋਕ ਕਰ ਰਹੇ ਹੈ। ਜੇਲ੍ਹਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਪਹਿਲਾਂ ਵਾਲੀਆਂ ਸਰਕਾਰਾਂ 'ਚੋਂ ਹੁਣ ਵੀ ਆਉਂਦੀਆਂ, ਵੀ ਮੋਬਾਈਲਾਂ ਨੂੰ ਲੈ ਕੇ, ਨਸ਼ੇ ਨੂੰ ਲੈ ਕੇ, ਉੱਥੇ ਹੁਣ ਚਲੋ ਤੁਸੀਂ ਰਹਿ ਆਏ, ਉਹ ਅੰਦਰਲਾ ਸਿਸਟਮ ਕਿਵੇਂ? ਮਾਡਲ ਜੇਲ੍ਹ ਜਿਹੜੀ ਹੈ ਥੋੜ੍ਹੀ ਡਿਫਰੈਂਟ ਹੈ ਨਾ ਪੰਜਾਬ ਦੀਆਂ ਜੇਲ੍ਹਾਂ ਦਾ, ਪੰਜਾਬ ਦੀਆਂ ਜੇਲ੍ਹਾਂ 'ਚ ਬਹੁਤ ਕੁਛ ਹੁੰਦਾ। ਤੁਹਾਡੇ ਤਾਂ ਘਰ ਮੁੱਖ ਮੰਤਰੀ ਆ ਰਹੇ ਨੇ, 1 ਤਰੀਕ ਨੂੰ ਬਹਿਸ ਰੱਖੀ ਆ ਵੱਡੀਆਂ ਵੱਡੀਆਂ ਪਾਰਟੀਆਂ ਦੇ ਪ੍ਰਧਾਨਾਂ ਨੇ ਆਉਣਾ ਗਾ, ਇੱਕ ਸੱਦਾ ਪੱਤਰ, ਉਹਦੇ ਤੁਹਾਨੂੰ ਲੱਗਦਾ ਵੀ ਇਹ ਗੱਲ ਡਿਸਕਸ ਹੋਣੀ ਚਾਹੀਦੀ ਹੈ? ਕਿਹੜੀ ਗੱਲ ਤਾਂ ਇਹ ਸਿਰੇ ਚੜ੍ਹਨੀ ਨਹੀਂ ਗੱਲ, ਜਦੋਂ ਸਭ ਦੀ ਦੁਨੀਆਂ ਨੂੰ ਪਤਾ ਉਹਨਾਂ ਪਾਰਟੀਆਂ ਬਾਰੇ, ਤਾਂ ਹੀ ਤਾਂ ਤੁਹਾਨੂੰ ਸਰਕਾਰ ਬਣਾ ਕੇ ਦਿੱਤੀ। SYL ਨੂੰ ਲੈ ਕੇ ਇਹ ਮੁੱਦਾ ਭਖਿਆ ਨਾ, ਉਹ ਕਹਿੰਦੇ ਵੀ ਸਾਰੀ ਗਲਤੀ ਕਾ ਰਸੀਆਂ ਦੀ ਤੇ ਅਕਾਲੀਆਂ ਦੀ, ਵੀ ਲੋਕਾਂ ਨੂੰ ਇੱਕ ਵਾਰੀ ਸੀਸਾ ਦਿਖਾਉਣਾ ਗਾ ਵੀ ਇਹਨਾਂ ਨੇ ਹੀ ਸਾਰਾ ਬੇੜਾ ਬਿਠਾਇਆ। ਰਤਨ ਇਹ ਜਿਹੜੀ ਰਾਜਨੀਤੀ ਲੋਕਾਂ ਨੂੰ ਸਮਝਣੀ ਪਊਗੀ, ਹੁਣ ਸੁਖਬੀਰ ਬਾਦਲ ਉੱਠਦਾ ਕੁਰਬਾਨੀ ਦੇ ਦਿਆਂਗੇ, ਇੱਕ ਬੂੰਦ ਪਾਣੀ ਦੀ ਨਹੀਂ ਜਾਣ ਦਿਆਂਗੇ, ਇਹ ਕਹਿੰਦਾ ਪਾਣੀ ਵੀ ਦੇਵਾਂਗੇ, ਤੇ ਪਾਣੀ ਤਾਂ ਜਾ ਰਿਹਾ, ਕਿਹੜਾ ਪਾਣੀ ਰੋਕਿਆ ਹੋਇਆ ਇਹਨਾਂ ਨੇ? ਲੋਕ ਸਭਾ 24 ਦੇ ਵਿੱਚ ਤੁਹਾਨੂੰ ਪੰਜਾਬ ਦਾ ਕੀ ਲੱਗਦਾ ਹੈਗਾ ਸਾਰਾ ਸਿਸਟਮ? ਸਰਾਂਦੀ ਸੀ ਮੈਨੂੰ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਸੀ ਵੀ ਅਸੀਂ ਤਾਂ PM ਚੁਣਨਾ, CM ਥੋੜ੍ਹਾ ਚੁਣਨਾ। PM ਸੁਣਨ ਅਤੇ CM ਚੁਣਨ ਦੇ ਵਿੱਚ ਕੋਈ ਡਿਫਰੈਂਟ ਗੱਲ ਹੈਗੀ ਹੈ? ਉਹਨਾਂ ਨੇ ਦੇਸ਼ ਚਲਾਉਣਾ, ਇਹਨੇ ਸਟੇਟ ਚਲਾਉਣੀ, ਗੱਲ ਤਾਂ ਇੱਕੋ ਹੀ ਹੈ। ਤੁਸੀਂ ਖੁਦ ਵੀ ਚੋਣ ਲੜ ਸਕਦੇ? ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਇੱਕ ਹੋਰ ਖਾਸ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਨਸ਼ੇ ਨੂੰ ਲੈ ਕੇ, ਡਰੱਗ ਰਿਪੋਰਟਾਂ ਦੀ ਜਦੋਂ ਹੀ ਗੱਲ ਹੁੰਦੀ ਆ ਉਦੋਂ ਨਾਮ ਆਉਂਦਾ ਗਾ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਦਾ। ਉਹ ਅਕਸਰ ਇਸ ਮਸਲੇ ਦੇ ਉੱਤੇ ਬੋਲਦੇ ਆਏ ਨੇ, ਪਰ ਹੋਰ ਵੀ ਪੰਜਾਬ ਦੇ ਵਿੱਚ ਕਾਫੀ ਮਸਲੇ ਨੇ। ਪਿਛਲੇ ਦਿਨਾਂ ਦੇ ਵਿੱਚ ਉਹ ਜੇਲ੍ਹ ਜਾਂਦੇ ਨੇ, 1.5 ਤੋਂ 2 ਮਹੀਨੇ ਹੋ ਗਏ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਆਇਆਂ ਨੂੰ, ਉਹ ਕਿਵੇਂ ਦੇਖਦੇ ਨੇ ਨਵੀਂ ਸਰਕਾਰ ਨੂੰ, ਜਾਂ ਖਾਸ ਕਰਕੇ ਉਹ ਰਿਪੋਰਟਾਂ ਨੂੰ ਜਿਹੜੀਆਂ ਰਿਪੋਰਟਾਂ ਨੂੰ ਲੈ ਕੇ ਗੱਲਬਾਤ ਤਾਂ ਬਹੁਤ ਵੱਡੇ ਚੈਨਲਾਂ ਦੇ ਉੱਤੇ ਜਾਂ ਵੱਡੀਆਂ ਡਿਬੇਟਾਂ ਦੇ ਵਿੱਚ ਹੁੰਦੀ ਆ, ਪਰ ਸਿੱਟਾ ਕੁਛ ਨਿਕਲ ਨਹੀਂ ਰਿਹਾ ਅਤੇ ਗਰਾਊਂਡ ਲੈਵਲ ਦੇ ਉੱਤੇ ਧਰਾਤਲ ਦੇ ਉੱਤੇ ਲੋਕਾਂ ਨੂੰ ਵੀ ਉਨੀ ਜਾਣਕਾਰੀ ਉਹਨਾਂ ਰਿਪੋਰਟਾਂ ਬਾਰੇ ਨਹੀਂ। ਸਾਡੇ ਨਾਲ ਇਸ ਵਿਸ਼ੇਸ਼ ਮੁਲਾਕਾਤ ਦੇ ਵਿੱਚ ਮੌਜੂਦ ਰਹਿਣਗੇ DSP ਬਲਵਿੰਦਰ ਸਿੰਘ ਸੇਖੋਂ। ਸੇਖੋਂ ਸਾਹਿਬ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ। ਪਹਿਲਾ ਸਵਾਲ ਤਾਂ ਜੀ ਮੇਰਾ ਇਹੀ ਹੈ ਵੀ ਜਿਹੜਾ ਡਰੱਗ ਰਿਪੋਰਟਾਂ ਵਾਲਾ ਸੀਗਾ ਉਹ ਤੁਸੀਂ ਕਿਵੇਂ ਦੇਖਦੇ ਹੋ? ਤੁਹਾਨੂੰ ਲੱਗਦਾ ਹੈਗਾ ਵੀ ਲੋਕਾਂ ਨੂੰ ਜਾਣਕਾਰੀ ਉਵੇਂ ਮਿਲ ਗਈ ਜਾਂ ਲੋਕਾਂ ਨੂੰ ਉਵੇਂ ਪਤਾ ਲੱਗ ਗਿਆ ਤੇ ਹੁਣ ਉਹ ਗੱਲ ਕਿੱਥੇ ਖੜੀ ਹੈ? ਰਤਨ, ਇਸ ਤਰ੍ਹਾਂ ਕਿ ਉਹ ਬਿਲਕੁਲ ਜਿਹੜੀ ਹੈਗੀ ਹੈ ਜਾਣਕਾਰੀ ਸੀਗੀ ਉਹਨੂੰ ਰੋਕ ਲਿਆ ਗਿਆ ਹੈ ਲੋਕਾਂ 'ਚ ਇੱਕ ਚੈਰੀ ਵਿੱਚ ਆਉਣ ਤੋਂ। ਜਦੋਂ ਮੈਨੂੰ ਜੇਲ੍ਹ ਭੇਜਿਆ ਗਿਆ ਸੀ ਤੁਹਾਨੂੰ ਵੀ ਪਤਾ ਹੈ ਕਿ ਉਹ ਰਿਪੋਰਟਾਂ ਜਿਹੜੀਆਂ ਹੈਗੀਆਂ ਉਸ ਤੋਂ ਅਗਲੀ ਤਰੀਕ 'ਤੇ ਖੁੱਲੀਆਂ ਸੀਗੀਆਂ। 28 ਡੇਟ ਵਾਸਤੇ ਮੈਨੂੰ ਕੰਟੈਂਪਟ ਦਾ ਨੋਟਿਸ ਭੇਜਿਆ ਸੀ ਅਤੇ ਉਸ ਡੇਟ 'ਤੇ ਉਹ ਰਿਪੋਰਟਾਂ ਖੁੱਲ ਗਈਆਂ ਸੀ। ਸਾਨੂੰ ਜੇਲ੍ਹ ਵਿੱਚ ਬੈਠਿਆਂ ਨੂੰ ਕੋਈ ਬੜਾ ਸ਼ਾਂਤੀ ਹੋਈ ਸੀ ਜਾਂ ਅਹਿਸਾਸ ਹੋਇਆ ਸੀ ਸਕੂਨ ਵੀ, ਚਲੋ ਭਾਵੇਂ ਜੇਲ੍ਹ ਪਹੁੰਚਣਾ ਪੈ ਗਿਆ ਪਰ ਜਿਹੜੀ ਗੱਲ ਹੈਗੀ ਲੋਕਾਂ ਵਿੱਚ ਚਲੀ ਗਈ, ਰਿਪੋਰਟਾਂ ਖੁੱਲ ਗਈਆਂ। 3 ਰਿਪੋਰਟਾਂ ਖੁੱਲੀਆਂ ਸੀ ਅਤੇ 4ਥੀ ਬਾਰੇ ਅਜੇ ਉਹਨਾਂ ਨੇ ਪੈਂਡਿੰਗ ਕਰ ਲਿਆ ਸੀਗਾ, ਪਰ ਉਹ 4ਥੀ ਰਿਪੋਰਟ ਪੈਂਡਿੰਗ ਹੋਣ ਦੇ ਬਾਵਜੂਦ ਵੀ ਉਹਨਾਂ 2 DGPਾਂ ਦੇ ਨਾਮ ਆ ਗਏ ਸੀ ਜਿਹਨਾਂ ਬਾਰੇ ਅਸੀਂ ਜ਼ਿਕਰ ਕੀਤਾ ਸੀਗਾ ਜੀ। ਤੋ ਇਸ ਕਰਕੇ ਉਮੀਦ ਕਰਦੇ ਸਾਂ ਕਿ ਸਾਰਾ ਕੁਛ ਠੀਕ ਹੋਊਗਾ ਅਤੇ ਰਿਪੋਰਟ ਜਿਹੜੀ ਹੈਗੀ ਸਰਕਾਰ ਕੋਲ ਚਲੀ ਗਈ। ਹੁਣ ਉਹ ਕਿਸੇ ਡੋਮੇਨ ਪਬਲਿਕ 'ਚ ਤਾਂ ਹੈ ਨਹੀਂ ਗੀ, ਸਰਕਾਰ ਕੋਲ ਚਲੀ ਗਈ, CM ਕੋਲ ਚਲੀ ਗਈ, ਉਹ ਤੋਂ ਬਾਅਦ ਰਾਜੀਵ ਥੋੜਾ ਨੂੰ ਨੋਮੀਨੇਟ ਕਰ ਲਿਆ ਤੁਹਾਡੇ ਸਾਹਮਣੇ ਸਾਰਾ ਕੁਛ। ਫਿਰ ਉਸ ਤੋਂ ਬਾਅਦ ਅਗਲੀ ਖੇਡ ਜਿਹੜੀ ਚੱਲ ਰਹੀ ਸੀ, ਇਸ ਦੇ ਦੌਰਾਨ ਮੈਨੂੰ 2.5 ਮਹੀਨੇ ਹੋਣ ਵਾਲੇ ਬਾਹਰ ਆਏ ਨੂੰ ਜੇਲ੍ਹ ਦੇ ਵਿੱਚੋਂ, ਠੀਕ ਹੈ, ਤਾਂ ਮੈਂ ਬਾਹਰ ਆ ਕੇ ਇੱਕ ਵੱਖਰੀ ਗੱਲ ਕੀਤੀ ਸੀ ਕਿ ਭਾਵੇਂ ਸਜ਼ਾ ਕੱਟੇ ਆਏ ਸੀ, ਇਸ ਦੇ ਬਾਵਜੂਦ ਮਾਫੀ ਮੰਗਦੇ ਕੋਰਟ ਤੋਂ ਵੀ ਕੋਈ ਗੱਲ ਨਹੀਂ, ਹੋ ਸਕਦਾ ਕੋਈ ਲਫ਼ਜ਼ ਬੋਲੇ ਗਏ ਹੁਣ, ਨੋ ਪ੍ਰੋਬਲਮ, ਠੀਕ ਹੈ, ਉਹਨਾਂ ਨੂੰ ਬੁਰੇ ਲੱਗੇ ਹੁਣ, ਪਰ ਸਾਡਾ ਮਸਲਾ ਹੱਲ ਕੀਤਾ ਉਹਨਾਂ ਨੇ, ਇਸ ਬੈਂਚ ਨੇ ਜਿਹੜਾ ਹੈਗਾ ਰਿਪੋਰਟ ਜਿਹੜੀ ਹੈਗੀ ਉਹ ਖੋਲੀ, 3 ਖੋਲੀਆਂ, ਧੰਨਵਾਦ ਕੀਤਾ, ਮਾਫੀ ਮੰਗੀ ਔਰ ਉਮੀਦ ਕੀਤੀ ਕਿ 4ਥੀ ਰਿਪੋਰਟ ਵੀ ਜੇ 3 ਖੋਲੀਆਂ ਤਾਂ 4ਥੀ ਰਿਪੋਰਟ ਜਿਹੜੀ ਹੈਗੀ ਉਹਨੂੰ ਕੌਣ ਰੋਕ ਸਕਦਾ? ਜਦੋਂ ਇੰਨੀਆਂ ਵਧੀਆ ਇੰਟੈਂਸ਼ਨ ਕੋਰਟ ਦੀਆਂ ਹੈਗੀਆਂ ਤਾਂ ਕੋਈ ਗੱਲ ਨਹੀਂ, ਠੀਕ ਹੈ, ਖੁੱਲਣਗੀਆਂ, ਔਰ ਮੈਂ ਇਸ ਗੱਲ ਦਾ ਸਵਾਗਤ ਕੀਤਾ। ਪਰ ਆਹ ਜਿਹੜੀ 15 ਤਰੀਕ ਟੱਪੀ ਹੈ, ਇਹਦੇ ਵਿੱਚ ਸਾਰੇ ਸਿਨੈਰੀਓ ਚੇਂਜ
ਉਹ ਰਿਪੋਰਟ ਜਿਹੜੀ ਹੈ ਡੈਲੀਬਰੇਟਲੀ ਕੋਰਟ ਨੇ ਜਿਹੜਾ ਹੈਗਾ ਉਹਦੇ 'ਤੇ ਆਪਣਾ ਦੇਤਾ ਵੀ ਇਹ ਤਾਂ ਖੁੱਲ੍ਹਣੀ ਨਹੀਂ, ਇਹ ਸੀਲਬੰਦ ਹੀ ਰਹੂਗੀ। ਦੇਖੋ ਪਬਲਿਕ ਪ੍ਰੋਪਰਟੀ ਹੁੰਦੀਆਂ, ਇਹ ਜਿਹੀਆਂ ਰਿਪੋਰਟਾਂ ਜਦੋਂ ਪਬਲਿਕ 'ਚ ਆ ਜਾਂਦੀਆਂ, ਠੀਕ ਹੈ, ਜਾਂ ਤਾਂ ਉਹ ਰਿਪੋਰਟ ਗਲਤ ਸੀ ਦੱਸਿਆ ਜਾਂਦਾ, ਜਾਂ ਉਹ ਠੀਕ ਸੀ ਦੱਸਿਆ ਜਾਂਦਾ, ਐਕਸ਼ਨ ਕੀਤਾ ਜਾਂਦਾ, ਜਾਂ ਜਿਹੜਾ ਬੰਦੇ ਨੇ ਗਲਤ ਰਿਪੋਰਟ ਦਿੱਤੀ ਉਹ 'ਤੇ ਕੋਈ ਕਾਰਵਾਈ ਕੀਤੀ ਜਾਂਦੀ। ਮੈਂ ਇੱਕ ਤੁਹਾਨੂੰ ਸੱਜਣ ਦਾ ਨਾਮ ਦੇਊਂਗਾ, ਟੋਨਲ ਸਿੰਘ ਵਾਲਾ ਨਾਮ ਦਾ ਇੱਕ ਸੱਜਣ ਹੈ, ਆਪਣੇ ਪ੍ਰੈਸ ਰਿਪੋਰਟਰ ਹੈ ਉੱਥੋਂ ਤਪੇ ਤੋਂ। ਉਹਨੇ ਕੁਛ ਦਿਨ ਪਹਿਲਾਂ ਜਾਂ ਮਹੀਨਾ ਡੇਢ ਮਹੀਨਾ ਪਹਿਲਾਂ ਕਾਫ਼ੀ ਉਹ ਚੀਜ਼ਾਂ ਦੱਸੀਆਂ ਸੀ ਜਿਹੜੀਆਂ ਮੈਂ ਬੋਲਦਾ ਰਹਿੰਦਾ ਸੀ, ਪਰ ਹੁਣ ਉਹਨੇ ਕੱਲ੍ਹ ਦੀ ਇੱਕ ਪੋਸਟ ਪਾਈ ਹੋਈ, ਤੁਹਾਨੂੰ ਮੈਂ ਉਹਦਾ ਲਿੰਕ ਵੀ ਭੇਜ ਦੂੰਗਾ। ਉਹਨੇ ਪਾਇਆ ਕਿ ਜਿਹੜੀਆਂ ਇਹ ਰਿਪੋਰਟ ਹੈ ਜਿਹੜੀ ਚੌਥੀ ਪਈ ਹੈ, ਬਦਲੀ ਦਿੱਤੀ ਗਈ ਹੈ। ਇਹ ਉਹਦਾ ਇਨਫੋਰਮੇਸ਼ਨ ਹੋਊਗੀ ਕੋਈ ਰਿਪੋਰਟਰ ਹੈ ਉਹ, ਵੀ ਉਹਨੇ ਬਕਾਇਦਾ ਨਾਮ ਲਿਖਿਆ ਸਰਦਾਰ ਚੱਟੋਪਾਧਿਆ ਦਾ, ਵੀ ਇਹਦੇ 'ਤੇ ਪ੍ਰੈਸ਼ਰ ਪਵਾ ਕੇ ਜਾਂ ਜਿਵੇਂ ਵੀ, ਕਿਉਂਕਿ ਇੱਕ ਤਾਂ ਉਹਦੇ 'ਤੇ ਇੱਕ ਸੀਗਾ ਆਤਮ ਹੱਤਿਆ ਦਾ ਕਿਸੇ ਦਾ ਕੇਸ, ਉਹਦੇ ਉਹਦੇ 'ਚ ਉਹਨੂੰ ਫਸਾਇਆ ਹੋਇਆ। ਇੱਕ ਜਿਹੜਾ ਹੈਗਾ ਸਿਕਿਉਰਿਟੀ ਨਾਲ ਕੰਸਰਨਡ, ਜਦੋਂ ਇੱਥੇ ਪੀ ਐੱਮ ਆਇਆ ਸੀ ਵਿਜ਼ਿਟ, ਉਹਦੇ ਵਿੱਚ ਮਤਲਬ ਉਹਦੇ 'ਤੇ ਉਹਦੀ ਇਨਕੁਆਇਰੀ ਖੋਲ੍ਹੀ ਹੋਈ ਹੈ। ਇੱਕ ਕਿਸੇ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਾਈ ਸੀਗੀ ਫਿਰੋਜ਼ਪੁਰ ਦੇ ਕਿਸੇ ਬੰਦੇ ਨੂੰ, ਉਹਦੀ ਇਨਕੁਆਇਰੀ ਖੋਲ੍ਹੀ ਹੋਈ ਹੈ। ਹੁਣ ਇਹ ਇਨਕੁਆਇਰੀਆਂ ਡੀ ਜੀ ਪੀ ਨਹੀਂ ਹੁੰਦੀਆਂ, ਅੱਜ ਤੱਕ ਸੁਣਿਆ ਕਦੇ? ਕਿਉਂਕਿ ਉਹਨੂੰ ਕਾਊਂਟਰ ਕਰਨਾ ਸੀ, ਉਹਨੂੰ ਮਤਲਬ ਕੋਰਨਰ ਕਰਕੇ ਇਹ ਚੀਜ਼ਾਂ ਕਰਵਾਉਣੀਆਂ ਸੀਗੀਆਂ। ਤਾਂ ਹੁਣ ਇਹ ਟੋਨਲ ਸਿੰਗਲੇ ਨਾਲ ਮੈਂ ਸਹਿਮਤ ਲੱਗਦਾ ਹਾਂ ਉਹਦੀ ਗੱਲਬਾਤ ਤੋਂ, ਜਿਵੇਂ ਕਿ ਰਿਪੋਰਟ ਕਿਉਂ ਨਾ ਚੇਂਜ ਕਰ ਦਿੱਤੀ ਹੋਊਗੀ ਜਦੋਂ ਸਹਿਮਤੀ ਹੋ ਗਈ, ਜਦੋਂ ਸਾਰਾ ਕੁਛ ਉਹਨੂੰ ਕੋਰਨਰ ਕਰ ਲਿਆ, ਸਾਰੇ ਲੋਕ ਜਿਹੜੇ ਇਹਨੂੰ ਕਰਨਾ ਚਾਹੁੰਦੇ ਸੀ ਸਾਹਮਣੇ, ਉਹ ਜਿਹੜਾ ਹੈਗਾ ਉਹ ਤੋਂ ਬਾਅਦ ਰਿਪੋਰਟ ਜਿਹੜੀ ਹੈ ਬੰਦ ਦਾ ਜਿਹੜਾ ਫਰਮਾਨ ਆ ਗਿਆ ਹਾਈਕੋਰਟ ਵੱਲੋਂ ਸਾਡੀ ਵੱਲੋਂ, ਜਿਹਨੂੰ ਅਗਾਂਹ ਆਉਣ ਵਾਲੇ ਸਮੇਂ 'ਚ ਚੈਲੇਂਜ ਵੀ ਕਰਾਂਗੇ ਭਾਵੇਂ ਕੁਛ ਮਿਲੇ ਜਾਂ ਨਾ ਮਿਲੇ, ਪਰ ਉੱਥੋਂ ਸਿੱਧ ਹੁੰਦਾ ਕਿ ਜਿਹੜਾ ਇਹ ਜਿਹੜਾ ਨੈਕਸਸ ਸੀ ਬਹੁਤ ਵੱਡਾ ਉੱਪਰਲੇ ਅਫਸਰਾਂ ਦਾ, ਉਹ ਆਪਣੀ ਗੱਲ ਕਰਾਉਣ ਵਿੱਚ ਕਾਮਯਾਬ ਹੋ ਗਿਆ। ਕਿਉਂਕਿ ਹੁਣ ਜੇ ਇਸ ਤੋਂ ਬਾਅਦ ਰਿਪੋਰਟ ਹੀ ਨਹੀਂ ਖੁੱਲੂਗੀ ਤਾਂ ਫਿਰ ਅਗਾਂਹ ਅੱਗੇ ਹੋਣਾ ਕੀ ਹੈ? ਉਸ ਤੋਂ ਅਗਲੀ ਕਸਰ ਸੁਪਰੀਮ ਕੋਰਟ ਨੇ ਪੂਰੀ ਕਰਤੀ, ਉਹਨੂੰ ਜਮਾਨ ਦੇ ਤੀ ਰਾਜੀਤ ਨੂੰ, ਉਸ ਤੋਂ ਬਾਅਦ ਹਾਈਕੋਰਟ ਨੇ ਉਹਨੂੰ ਕਨਫਰਮ ਕਰ ਦਿੱਤਾ। ਅਸੀਂ ਇਹ ਸੋਚਦੇ ਸੀਗੇ ਕਿ ਹੋ ਸਕਦਾ ਹੈ ਕਿ ਇਸ ਤੋਂ ਬਾਅਦ ਇਹਨੂੰ ਪੇਸ਼ ਕਰਾਉਣਗੇ, ਇਹ ਪੇਸ਼ ਕਰਾ ਕੇ ਦੋ ਚਾਰ ਦਿਨਾਂ ਦੇ, ਦਸ ਦਿਨਾਂ ਦੇ ਰਿਮਾਂਡ ਤੋਂ ਬਾਅਦ, ਦੋ ਚਾਰ ਮਹੀਨਿਆਂ ਦੀ ਜੇਲ੍ਹ ਤੋਂ ਬਾਅਦ ਜਮਾਨਤ ਹੋਊਗੀ। ਇਹ ਪ੍ਰੋਸੀਜਰ ਅਸੀਂ ਸੋਚਦੇ ਸੀ ਵੀ ਇਵੇਂ ਨਿਕਲੋਗੇ, ਬਾਅਦ ਕਮਾਲ ਹੀ ਹੋ ਗਈ ਨਾ, ਬੇਲ ਹੀ ਦੇ ਦੇਣਾ ਇਹੋ ਜਿਹੇ ਸਿਸਟਮ ਦੇ ਵਿੱਚ, ਪਰ ਅੱਗੇ ਮਜੀਠੀ ਹੋਰਾਂ ਨੂੰ ਵੀ ਮਿਲੀ ਹੋਈ ਹੈ, ਹੋਰ ਬਥੇਰੇ ਲੋਕ ਹੈਗੇ, ਠੀਕ ਹੈ। ਤਾਂ ਇਸ ਕਰਕੇ ਮੈਂ ਉਹਦੀ ਟਿੱਪਣੀ ਕੀਤੀ ਸੀ ਜਦੋਂ ਇਹ ਬੇਲ ਵਾਲੀ ਗੱਲ ਹੋਈ ਹੈ, ਵੀ ਫਿਰ ਜਿਹੜੇ ਭੋਲੇ ਹੋਰੀ ਜਿਹੜੇ ਹੈਗੇ ਆ, ਡੀ ਐੱਸ ਪੀ ਆ ਜਾਂ ਇੰਦਰਜੀਤ ਹੋਰੀ ਜਿਹੜੇ ਹੈਗੇ ਆ ਇਸ ਸਿਸਟਮ ਦੇ ਥੱਲੜੇ ਮੋਹਰੇ ਆ, ਉਹ ਜੇ ਤੁਸੀਂ ਜਿਨ੍ਹਾਂ 'ਚ ਰੱਖਣੇ ਆ, ਜਾਂ ਸਾਡੇ ਉਹ ਬੱਚੇ ਜਿਹੜੇ ਛੋਟੇ ਛੋਟੇ ਪਰਚਿਆਂ ਦੇ ਵਿੱਚ 5 ਗ੍ਰਾਮ 10 ਗ੍ਰਾਮ 20 ਗ੍ਰਾਮਾਂ ਦੇ ਵਿੱਚ ਜੇਲ੍ਹਾਂ ਭਰੀਆਂ ਪਈਆਂ, ਪਰ ਉਹਨਾਂ ਨੂੰ ਕਿਉਂ ਰੱਖਿਆ ਹੋਇਆ? ਉਹਨਾਂ ਨੂੰ ਛੱਡ ਦੇਣਾ ਚਾਹੀਦਾ। ਜੇ ਵੇਚਣ ਵਾਲੇ ਜਿਹੜੇ ਵਪਾਰੀ ਹੈਗੇ ਆ, ਉਹ ਕਿਉਂਕਿ ਅਸਰ ਰਸੂਖ ਵਾਲੇ ਆ, ਕਿਉਂਕਿ ਉਹ ਵੱਡੇ ਆ, ਕਿਉਂਕਿ ਉਹ ਉਹਨਾਂ ਕੋਲ ਹਰ ਚੀਜ਼ ਜਿਹੜੀ ਹੈਗੀ ਆ, ਪਾਵਰ ਉਹਨਾਂ ਦੇ ਹੱਥ ਵਿੱਚ ਹੈਗੀ ਆ। ਇੱਥੇ ਸਾਡੇ ਵਕੀਲ ਹੈਗੇ ਲੁਧਿਆਣੇ ਤੋਂ, ਉਹਨਾਂ ਨੇ ਬੜੇ ਬੇਬਾਕੀ ਨਾਲ ਕਿਹਾ ਸੀ ਵੀ ਸੁਪਰੀਮ ਕੋਰਟ ਅਤੇ ਹਾਈਕੋਰਟ ਤਾਂ ਜਿਹੜੀਆਂ ਮਤਲਬ ਅਮੀਰਾਂ ਦੀਆਂ ਦੁਕਾਨਾਂ ਬਣ ਗਈਆਂ, ਇਹ ਮੇਰੇ ਲਫ਼ਜ਼ ਨਹੀਂ ਹੈ, ਠੀਕ ਹੈ। ਅਤੇ ਕਿਉਂਕਿ ਇਹ ਗੱਲਾਂ ਜਿਹੜੀਆਂ ਲੋਕ ਬੋਲਣਗੇ ਨਾ ਹੁਣ, ਤਾਂ ਉਹ ਜਿਹੜੀ ਮਾਫ਼ੀ ਮੰਗੀ ਸੀ ਉਹਦਾ ਵੀ ਜਿਹੜਾ ਮੈਂ ਸਮਝਦਾ, ਮਤਲਬ ਮੈਂ ਉਹਦਾ ਮੈਨੂੰ ਕੋਈ ਫਾਇਦਾ ਨਹੀਂ ਹੋਇਆ ਕਿ ਜਿਹੜੀ ਚੌਥੀ ਰਿਪੋਰਟ ਜਿਹੜੀ ਪੰਜਾਬ ਦੇ ਹਿੱਤ ਵਿੱਚ ਲੋਕਾਂ ਦੇ ਵਾਸਤੇ ਖੋਲ੍ਹੀ ਜਾਣੀ ਜ਼ਰੂਰੀ ਸੀਗੀ, ਉਹਨੂੰ ਬੰਦ ਕਰਕੇ ਹਾਈਕੋਰਟ ਨੇ ਜਿਹੜਾ ਹੈਗਾ ਇਹ ਜਿਹੜਾ ਠੀਕ ਨਹੀਂ ਕੀਤਾ ਪੰਜਾਬ ਦੇ ਲੋਕਾਂ ਦੇ ਨਾਲ, ਅਤੇ ਇਹਨੂੰ ਅਸੀਂ ਤਾਂ ਚੈਲੇਂਜ ਵੀ ਕਰਾਂਗੇ। ਉਮੀਦ ਬਿਲਕੁਲ ਨਹੀਂ ਕਰਦੇ, ਕਿਉਂਕਿ ਉਮੀਦ ਤਾਂ ਆਇਆ ਕਿ ਉਹ ਜੇ ਅੱਗੇ ਕੁਛ ਅਗਾਂਹ ਸੁਪਰੀਮ ਕੋਰਟ 'ਚੋਂ ਚਾਂਸ ਹੋਵੇ, ਅਤੇ ਸੁਪਰੀਮ ਕੋਰਟ ਨੇ ਤਾਂ ਬੇਲ ਦੇ ਦਿੱਤੀ, ਇਹਦਾ ਮਤਲਬ ਸਾਰਾ ਕੁਛ ਸਭ ਇਕੱਠਾ। ਇਸ ਕਰਕੇ ਇਹ ਜਿਹੜਾ ਹੈਗਾ, ਜੇ ਤੁਸੀਂ ਦਿਲੋਂ ਅੰਦਰ ਸਾਰੀ ਗੱਲ ਕਰੋ, ਪੁੱਛੋ, ਆਪਾਂ ਹਿਰਦੇ ਤੋਂ ਆਵਾਜ਼ ਦੇਵਾਂ, ਤਾਂ ਇੱਕ ਵਾਰੀ ਪੰਜਾਬ ਦੇ ਲੋਕਾਂ ਨਾਲ ਫਿਰ ਧੋਖਾ ਹੋਇਆ, ਉਹ ਚੀਜ਼ਾਂ ਨੂੰ ਫਿਰ ਨੱਪ ਲਿਆ ਗਿਆ। ਅਤੇ ਜੇ ਇਵੇਂ ਹੀ ਕਰਨਾ, ਤਾਂ ਫਿਰ ਘੱਟੋ ਘੱਟ ਜਿਹੜੇ ਗੈਂਗਸਟਰ ਬਣਾਏ ਸੀ ਬੱਚੇ ਸਾਡੇ ਇਸ ਧੰਦੇ ਨੂੰ ਚਲਾਉਣ ਵਾਸਤੇ, ਉਹਨਾਂ ਦੇ ਕੇਸ ਵੀ ਰਿਵਿਊ ਕਰ ਲਓ, ਉਹਨਾਂ ਨੂੰ ਛੱਡ ਦਿਓ, ਕਿ ਉਹਨਾਂ ਦੇ ਮਗਰ ਬੰਦੂਕਾਂ ਤਾਣ ਕੇ ਉਹਨਾਂ ਦੇ ਐਨਕਾਊਂਟਰ ਕਰਦੇ, ਅਤੇ ਹੋਰ ਕੰਮਾਂ ਦੇ ਤੁਲੇ ਹੋਏ ਹੋ। ਅਤੇ ਇੱਕ ਜਿਹੜੇ ਆ ਜੇਲ੍ਹਾਂ ਭਰੀਆਂ ਹੋਈਆਂ ਸਾਡੀਆਂ ਜਾੜੀਆਂ ਪੰਜਾਬ ਦੀਆਂ ਸਾਡੇ ਯੂਥ ਦੇ ਨਾਲ, ਇਹ ਕਿਰਪਾ ਕਰੇ, ਇਹ ਮਾਨ ਸਰਕਾਰ ਇੰਨੀ ਮਾੜੀ ਮੋਟੀ ਕਿਰਪਾ ਕਰੇ, ਸ਼ਰਮ ਕਰੇ, ਜੋ ਮਰਜ਼ੀ ਕਰੇ, ਘੱਟੋ ਘੱਟ ਇਹਨੂੰ ਰਿਵਿਊ ਕਰਕੇ ਇਹਨੂੰ ਤਾਂ ਕੱਢ ਦਿਓ, ਜੇ ਤੁਹਾਡੇ ਤੋਂ ਉਹਨਾਂ ਬੰਦਿਆਂ 'ਤੇ ਕੁਛ ਹੋਇਆ ਨਹੀਂ। ਰਾਜਜੀਤ ਤਾਂ ਚਲੋ ਟਾਰਗੇਟ ਹੋ ਗਿਆ ਇੱਕ ਬੰਦਾ, ਠੀਕ ਹੈ, ਕੀ ਇਕੱਲਾ ਰਾਜਜੀਤ ਡਰੱਗ ਦੇ ਧੰਦੇ ਚਲਾਉਂ ਸੀ ਇੱਥੇ, ਬਾਕੀ ਜਿਹੜੇ ਅਫਸਰ ਕੰਮ ਕਰ ਰਹੇ ਸੀਗੇ ਬਾਕੀ ਜ਼ਿਲ੍ਹਿਆਂ ਦੇ ਵਿੱਚ, ਸਾਰੇ ਪੰਜਾਬ 'ਚ ਡਰੱਗ ਦਾ ਧੰਦਾ ਹੈਗਾ। ਤਾਂ ਟਾਰਗੇਟ ਹੋਣ ਵਾਲੇ ਬੰਦੇ ਨੂੰ ਮਤਲਬ ਟਾਰਗੇਟ ਕਰ ਲੈਣਾ ਅਤੇ ਬਾਕੀ ਨੂੰ ਛੱਡ ਦੇਣਾ? ਮੈਂ ਕਹਿੰਦਾ ਇਸ ਰਜੀਮ 'ਚ ਜਿੰਨੇ ਅਫਸਰ ਰਹੇ ਆ, ਜਿੰਨੇ ਐਸ ਐਸ ਪੀ ਰਹੇ ਆ, ਜਿੰਨੇ ਕਮਿਸ਼ਨਰ ਰਹੇ ਆ ਜਿਹੜੇ ਫੀਲਡ ਦੇ, ਉਹ ਸਾਰੇ ਜ਼ਿੰਮੇਵਾਰ ਹੈ, ਇਕੱਲਾ ਰਾਜਜੀਤ ਕਿਉਂ? ਤਾਂ ਇਸ ਕਰਕੇ ਜਾਂ ਤਾਂ ਸਭ 'ਤੇ ਕਾਰਵਾਈ ਹੋਣੀ ਚਾਹੀਦੀ ਜਾਂ ਸਾਰੇ ਛੱਡ ਦੇਣੇ ਚਾਹੀਦੇ। ਤਾਂ ਜਿਸ ਤਰ੍ਹਾਂ ਦਾ ਇਹ ਤੁਲੇ ਹੋਏ ਆ, ਧੰਦਾ ਬਹੁਤ ਜਿਹੜਾ ਮਹਿੰਗਾ ਹੈਗਾ, ਕਮਾਈ ਬਹੁਤ ਵੱਡੀ ਹੈ, ਨਾ ਤਾਂ ਪਿਛਲੀਆਂ ਸਰਕਾਰਾਂ ਦਾ ਸਰਦਾ ਸੀ ਅਤੇ ਨਾ ਇਸ ਸਰਕਾਰ ਦਾ ਸਰਦਾ, ਅਤੇ ਹੁਣ ਜੇ ਚਿੱਟਾ ਵਿਕ ਰਿਹਾ, ਫਿਰ ਚਿੱਟਾ ਕੋਈ ਵੇਚ ਥੋੜ੍ਹਾ ਰਿਹਾ, ਚਿੱਟਾ ਵਿਕਣ ਦਿੱਤਾ ਜਾ ਰਿਹਾ ਤਾਂ ਚਿੱਟਾ ਆਪਣਾ? ਇਹ ਤਾਂ ਮੈਂ ਤਾਂ ਇਹ ਕਹਿੰਦਾ ਕਿ ਸਰਕਾਰ ਚਿੱਟਾ ਵੇਚ ਰਹੀ ਹੈ, ਹੁਣ ਕੋਈ ਇਹ ਨਹੀਂ ਹੈ ਕੋਈ ਹੋਰ ਲੋਕ ਵੇਚ ਰਹੇ ਆ। ਜੇ ਵਿਕ ਰਿਹਾ ਤਾਂ ਤੁਸੀਂ ਪਾਵਰਫੁਲ ਹੋ, ਤੁਹਾਡੇ ਕੋਲ ਸਭ ਕੁਛ ਹੈਗਾ, ਅਤੇ ਫਿਰ ਵੀ ਵਿਕ ਰਿਹਾ ਉਹ, ਅਤੇ ਫਿਰ ਆਹ ਡਰਾਮੇ ਕਰਨੇ,
ਤੋ ਸੋ ਉਮੀਦ ਹੈ ਕਿ ਜਿਹੜਾ ਆਉਣ ਵਾਲਾ ਸਮਾਂ ਹੈਗਾ ਫਿਰ ਜਿਹੜਾ ਹੈਗਾ ਇਸ ਮਾਮਲੇ 'ਚ ਡਰੱਗ ਦੇ 'ਚ ਜਿਹੜਾ ਹੈਗਾ ਇੱਕ ਕਾਲਾ ਦੌਰ ਜਿਹੜਾ ਹੈਗਾ ਉਹ ਅਗਾਂਹ ਵਧੂਗਾ ਘਟਣ ਦੇ ਕੋਈ ਚਾਂਸ ਦਿਖਾਈ ਨਹੀਂ ਦਿੰਦੇ। ਜਿਹੜਾ ਹੁਣ ਜੇਲ੍ਹ ਦੇ ਵਿੱਚ ਤੁਹਾਡਾ ਜਾਣਾ ਸੀ ਅਤੇ ਜੇਲ੍ਹ ਤੋਂ ਬਾਹਰ ਆਉਣਾ, ਚਲੋ ਆਉਣ ਵਾਲੀ ਤੁਸੀਂ ਗੱਲ ਦੱਸਤੀ ਮਾਫ਼ੀ ਮੰਗ ਲਈ, ਜਿਹੜਾ ਜਾਣ ਵਾਲਾ ਸੀ ਉਹ ਕੇਸ ਦਾ ਕਿਵੇਂ ਹੈ, ਕਿੱਥੇ ਖੜ ਗਿਆ ਕੇਸ ਉਹ, ਕਿ ਠੀਕ ਆ ਤੁਹਾਨੂੰ ਸਜ਼ਾ ਹੋਗੀ? ਨਹੀਂ ਕਿਉਂ ਨਹੀਂ, ਪਹਿਲੀ ਗੱਲ ਤਾਂ ਆਹ ਮਾਫ਼ੀ ਮੰਗੀ ਵੀ ਗਈ ਨਾ, ਮਾਫ਼ੀ ਤਾਂ ਮੰਗੀ ਸੀ, ਇੱਕ ਵਡਾਪਣ ਵਿਖਾਇਆ ਸੀ ਵੀ ਤੁਸੀਂ ਸਜ਼ਾ ਦਿੱਤੀ ਅਸੀਂ ਇਸ ਦੇ ਬਾਵਜੂਦ ਵੀ ਮੰਗਦੇ, ਕੋਈ ਮਾਫ਼ੀ ਥੋੜ੍ਹਾ ਸੀ, ਇਹ ਤਾਂ ਕਿ ਜੇ ਹੁਣ ਅੱਜ ਮੈਂ ਕਹਾਂ ਤਾਂ ਮਤਲਬ ਇਹ ਇੱਕ ਲਾਹਨਤ ਹੈ, ਇਹ ਜਿਹੀ ਲਾਹਨਤਾਂ ਹੁੰਦੀਆਂ। ਪਰ ਜੇ ਮਤਲਬ ਉਹ ਬੰਦਾ ਇੱਕ ਬੰਦਾ ਮਾਫ਼ੀ ਮੰਗ ਰਿਹਾ ਹੋਵੇ, ਦੂਜਾ ਉਹਦਾ ਪੈਰ ਸਿਰ ਮਿਧ ਰਿਹਾ ਹੋਵੇ ਤਾਂ ਲਾਹਨਤ ਹੋਈ ਨਾ। ਅਤੇ ਬਾਕੀ ਜਿਹੜਾ ਹੈਗਾ ਸਜ਼ਾ ਜਿਹੜੀ ਮੈਨੂੰ ਹੋਈ ਸੀ ਨਜਾਇਜ਼ ਹੋਈ ਹੈ, ਅਨਕੋਨਸਟੀਟਿਊਸ਼ਨਲ, ਮਤਲਬ ਇਹ ਕੋਨਸਟੀਟਿਊਸ਼ਨਲ ਜਿਹੜੇ ਆਰਗੇਨਾਈਜੇਸ਼ਨ ਹੈਗੀਆਂ, ਸੰਗਠਨ ਹੈਗੇ ਆ, ਹਾਈ ਕੋਰਟ ਆ, ਸੁਪਰੀਮ ਕੋਰਟ ਆ, ਸਰਕਾਰ ਤਾਂ ਤੋੜਦੀ ਹੈ ਸਵਿਧਾਨ, ਉਹਦਾ ਕੰਮ ਹੀ ਹੈ, ਅਤੇ ਇਹ ਵੀ ਉਸੇ ਕੰਮ 'ਤੇ ਤੁਰੇ ਹੋਏ ਆ। ਮੈਨੂੰ ਸਜ਼ਾ ਕਰਨਾ ਜਿਹੜਾ ਹੈਗਾ ਟੋਟਲੀ ਜਿਹੜਾ ਹੈਗਾ ਅਨਕੋਨਸਟੀਟਿਊਸ਼ਨਲ ਸੀ, ਮੈਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਸੀ, ਮੈਨੂੰ ਆਪਣੀ ਗੱਲ ਰੱਖੀ ਦਾ ਉਹ ਚਾਹੀਦਾ ਸੀ, ਘਰੋਂ ਤੁਸੀਂ ਚੁਕਵਾ ਲੈਂਦੇ ਹੋ ਬੰਦੇ ਨੂੰ, ਠੀਕ ਹੈ, ਚਾਰ ਦਿਨ ਪਹਿਲਾਂ ਜੇਲ੍ਹ 'ਚ ਰੱਖਦੇ ਹੋ, ਚੌਥੇ ਦਿਨ ਤੁਸੀਂ ਬੁਲਾ ਕੇ ਉਹਨੂੰ 6 ਮਹੀਨੇ ਸਜ਼ਾ ਸੁਣਾ ਦਿੰਦੇ ਬਿਨਾਂ ਕਿਸੇ ਸੁਣਵਾਈ ਤੋਂ, ਬਿਨਾਂ ਕਿਸੇ ਕਨਫੈਸ਼ਨ ਤੋਂ। ਨਹੀਂ, ਉੱਥੇ ਕਈ ਬੰਦੇ ਇਹ ਵੀ ਕਹਿੰਦੇ ਰਹੇ ਵੀ ਤੁਹਾਡਾ ਜਿਹੜਾ ਜੱਜਾਂ ਪ੍ਰਤੀ ਬਿਹੇਵੀਅਰ ਸੀ ਜਾਂ ਉਸ ਨੂੰ ਲੈ ਕੇ ਵੀ ਕਾਫ਼ੀ ਚੀਜ਼ਾਂ, ਬਿਹੇਵੀਅਰ ਤਾਂ ਮੈਨੂੰ ਉਹਨੂੰ ਪ੍ਰੂਫ ਤਾਂ ਕਰੋਗੇ ਨਾ, ਕਹਿਣ ਦਾ ਕੀ ਹੈਗਾ, ਕੋਈ ਚੀਜ਼ ਕੋਈ ਤੁਹਾਡੇ 'ਤੇ ਇਲਜ਼ਾਮ ਹੈ ਤਾਂ ਪ੍ਰੂਫ ਤਾਂ ਕਰੋ। ਜਿਹੜੇ ਮੈਨੂੰ ਉਹਨਾਂ ਨੇ ਸਜ਼ਾ ਵੀ ਕੀਤੀ ਉਹਦੇ 'ਚ ਮੈਨੂੰ ਕੋਈ ਲਫ਼ਜ਼ ਕਿਤੇ ਨਹੀਂ ਲਿਖਿਆ ਵੀ ਫਲਾਨਾ ਲਫ਼ਜ਼ ਤੁਸੀਂ ਗਲਤ ਕਿਹਾ ਸੀਗਾ, ਡੈਰੋਗੇਟਰੀ ਲੈਂਗੁਏਜ, ਠੀਕ ਹੈ, ਉਹਦੇ ਵਾਸਤੇ ਤੁਸੀਂ ਉਹ ਜਿਹੜਾ ਮੇਰੇ ਖਿਲਾਫ਼ ਕੋਈ ਐਵੀਡੈਂਸ ਸੀਗਾ, ਜਿਹੜਾ ਮਤਲਬ ਮੇਰੇ ਖਿਲਾਫ਼ ਜਿਹੜੀ ਕੋਈ ਵੀਡੀਓ ਸੀਗੀ ਉਹਨੂੰ ਪ੍ਰੂਫ ਨਹੀਂ ਕਰਨਾ ਸੀ ਕਿ ਕੋਈ ਇਹਨਾਂ ਦੇ ਸਟਾਫ ਦਾ ਬੰਦਾ ਦੇ ਦੂਗਾ ਚੱਕ ਕੇ ਜੀ ਵੇਖੋ ਆ ਸਿੱਖ ਉਹਨੇ ਬੋਲਿਆ ਜੀ ਅਤੇ ਅਸੀਂ ਬੁਲਾ ਕੇ ਸਜ਼ਾ ਕਰ ਦਿਆਂਗੇ। ਇਹ ਪ੍ਰੋਸੀਜਰ ਹੈ, ਪ੍ਰੋਸੀਜਰ ਤਾਂ ਅਡੋਪਟ ਕਰਦੇ, ਦੇ ਦਿੰਦੇ ਸਜ਼ਾ, ਕੋਈ ਦਿੱਕਤ ਨਹੀਂ ਸੀ, ਪਰ ਪ੍ਰੋਸੀਜਰ ਅਡੋਪਟ ਨਹੀਂ ਕੀਤਾ। ਬਿਲਕੁਲ ਅਨਕੋਨਸਟੀਟਿਊਸ਼ਨਲ ਜਿਹੜਾ ਆਰਡਰ ਜਿਹੜੇ ਹੈਗੇ ਆ ਹਾਈ ਕੋਰਟ ਨੇ ਉਹ ਕੀਤੇ ਸੀ, ਉਹਨਾਂ ਨੂੰ ਚੈਲੇਂਜ ਕਰਾਂਗੇ, ਉਮੀਦ ਫਿਰ ਕੋਈ ਨਹੀਂ ਹੈਗੀ, ਪਰ ਲੜਾਈ ਤਾਂ ਜਾਰੀ ਰੱਖਾਂਗੇ ਨਾ। ਅੱਜ ਜੇ ਮਤਲਬ ਸਿਸਟਮ ਦੇ ਅੱਗੇ ਫਿਰ ਮੈਂ ਖੜਨਾ ਉਵੇਂ ਦਾ ਉਵੇਂ ਤਾਂ ਫਿਰ ਹਾਲਾਤ ਉੱਥੇ ਖੜੇ, ਦੁਬਾਰਾ ਜੇਲ੍ਹ ਵੀ ਤਿਆਰ ਹੈਗੀ ਹੈ, ਮੈਨੂੰ ਤਾਂ ਹੋਰ ਵੀ ਜਿਸ ਤਰ੍ਹਾਂ ਸੁਨੇਹ ਆ ਰਹੇ ਹੈ ਤਾਂ ਮੈਨੂੰ ਲੱਗਦਾ ਨਹੀਂ ਕਿ ਬਹੁਤ ਲੰਬਾ ਸਮਾਂ ਮੈਨੂੰ ਇਸ ਆਵਾਜ਼ ਨੂੰ ਇਹ ਲੋਕਾਂ ਤੱਕ ਪਹੁੰਚਦੀ ਰੱਖਣਗੇ। ਪਰ ਕੋਈ ਗੱਲ ਨਹੀਂ, ਜਦੋਂ ਇਸ ਰਸਤੇ 'ਤੇ ਤੁਰੇ ਹੋਏ ਹਾਂ ਤਾਂ ਹੋਰ ਹੱਲ ਵੀ ਕੋਈ ਨਹੀਂ, ਵਾਪਸੀ ਤਾਂ ਕੋਈ ਹੋ ਨਹੀਂ ਸਕਦੀ। ਜਿਵੇਂ ਜੇਲ੍ਹਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਪਹਿਲਾਂ ਵਾਲੀਆਂ ਸਰਕਾਰਾਂ 'ਚੋਂ ਹੁਣ ਵੀ ਆਉਂਦੀਆਂ ਵੀ ਮੋਬਾਈਲਾਂ ਨੂੰ ਲੈ ਕੇ, ਨਸ਼ੇ ਨੂੰ ਲੈ ਕੇ, ਉੱਥੇ ਹੁਣ ਚਲੋ ਤੁਸੀਂ ਰਹਿ ਆਏ, ਉਹ ਅੰਦਰਲਾ ਸਿਸਟਮ ਕਿਵੇਂ ਆ? ਦੇਖੋ ਮਾਡਲ ਜੇਲ੍ਹ ਜਿਹੜੀ ਹੈ ਥੋੜ੍ਹੀ ਡਿਫਰੈਂਟ ਹੈ ਨਾ ਪੰਜਾਬ ਦੀਆਂ ਜੇਲ੍ਹਾਂ ਨਾਲ, ਪੰਜਾਬ ਦੀਆਂ ਜੇਲ੍ਹਾਂ 'ਚ ਬਹੁਤ ਕੁਛ ਖੁੱਲ੍ਹਾ ਹੈ, ਉਹ ਜੇਲ੍ਹ ਬਹੁਤ ਸਖਤ ਸੀ, ਉੱਥੇ ਤਾਂ ਘਰੇ ਗੱਲ ਵੀ ਨਹੀਂ ਕਰ ਦਿੰਦਾ, ਪਰ ਇਹ ਨਹੀਂ ਕਿ ਉੱਥੇ ਕੁਛ ਨਹੀਂ ਹੈਗਾ, ਉੱਥੇ ਵੀ ਸਭ ਕੁਛ ਹੈਗਾ, ਪਰ ਐਵੇਂ ਇੰਨਾ ਓਪਨ ਨਹੀਂ ਹੈਗਾ, ਤਾਂ ਉਹ ਡਿਫਰੈਂਟ ਹੈ। ਅਦਰਵਾਈਜ਼ ਗੱਲ ਉੱਥੇ ਵੀ ਉਹੀ ਆਹ ਨਸ਼ਿਆਂ ਦੇ ਵਿੱਚ, ਚੰਡੀਗੜ੍ਹ ਪੁਲਿਸ ਜਿਹੜੀ ਹੈਗੀ ਹੈ ਉਹਦਾ ਵੀ ਇਹੀ ਕੰਮ ਹੈ, ਉਹ ਪੰਜਾਬ ਦਾ ਵੀ ਟੱਪੇ ਹੋਏ ਆ, ਉਹ ਮਤਲਬ ਇੱਕ ਨੈਕਸਸ ਹੈ ਪੂਰੇ ਦਾ ਪੂਰਾ, ਠੀਕ ਹੈ, ਲੋਕਲ ਕੋਰਟਸ ਦਾ, ਠੀਕ ਹੈ, ਟਰਾਈ ਸਿਟੀ ਦੇ ਵਿੱਚ, ਮਤਲਬ ਇਸ ਤਰ੍ਹਾਂ ਦੇ ਬਦਲੇ ਲਏ ਜਾ ਰਹੇ ਆ, ਇਸ ਤਰ੍ਹਾਂ ਦੇ ਬੰਦੇ ਟਾਰਗੇਟ ਕਰਕੇ ਜੇਲ੍ਹਾਂ 'ਚ ਸਿੱਟੇ ਜਾ ਰਹੇ ਆ, ਕਿਸੇ ਰਿਟਾਇਰਡ ਜਸਟਿਸ ਨੂੰ ਮਤਲਬ ਕਿਸੇ ਨੂੰ ਘੱਟ ਮੁਨਾਫਾ ਦਿੱਤਾ ਕਿਸੇ ਬੈਂਕ ਦੇ ਵਿੱਚੋਂ, ਉਹ ਬੰਦਾ ਦਿੱਲੀਓਂ ਚੁਕਾ ਕੇ ਜੇਲ੍ਹ 'ਚ ਸਿੱਟਿਆ, 3.5 ਸਾਲ ਬਾਅਦ ਉਹਦੀ ਜਮਾਨਤ ਹੋਈ, ਉਹਦੀ ਘਰ ਵਾਲੀ ਵੀ ਲਿਆ ਕੇ ਸਿੱਟਦੀ, ਉਹਦੇ ਦੋਸਤ ਵੀ ਲਿਆ ਕੇ ਸਿੱਟਦੇ, ਇਸ ਤਰ੍ਹਾਂ ਦੇ ਕੰਮ ਇਹ ਜੁਡੀਸ਼ਰੀ 'ਚ ਬੈਠੇ ਹੋਏ ਲੋਕ ਕਰ ਰਹੇ ਆ। ਮੈਂ ਅਗਲੀ ਕਿਤੇ ਡਿਟੇਲ ਗੱਲਬਾਤ 'ਚ ਨਾਮ ਲੈ ਕੇ ਦੱਸੂਗਾ ਵੀ ਕਿਹੜਾ ਇੱਕ ਰਿਟਾਇਰਡ ਜਸਟਿਸ ਹੈਗਾ ਪੰਜਾਬ ਦਾ ਜਿਹਨੇ ਉੱਥੋਂ ਮਤਲਬ ਬੰਦਾ ਚੁਕਵਾਇਆ ਦਿੱਲੀ ਤੋਂ, ਇੱਥੇ ਕੇਸ ਰਜਿਸਟਰ ਕਰਾਇਆ, ਉਹਦੇ ਜਵਾਈਆਂ ਨੇ ਉਹਨੂੰ ਇੰਟੈਰੋਗੇਟ ਕੀਤਾ, ਕੁੱਟਿਆ ਪੁਲਿਸ ਕਸਟਡੀ ਦੇ ਵਿੱਚ ਮੁੱਲਾਂਪੁਰ ਥਾਣੇ ਦੇ ਵਿੱਚ, 13 ਦਿਨ ਰਿਮਾਂਡ 'ਚ ਰੱਖਿਆ, ਅਤੇ 43 ਮਹੀਨੇ ਉਹਦੀ ਜਮਾਨਤ ਨਹੀਂ ਹੋਣ ਦਿੱਤੀ, 43 ਮਹੀਨੇ 36 ਮਹੀਨੇ ਸਜ਼ਾ ਹੁੰਦੀ 3 ਸਾਲ, 43 ਮਹੀਨੇ ਬਾਅਦ ਅਜੇ ਉਹਦੀ ਬੇਲ ਹੋਈ ਆ, 2 ਪਰਚੇ ਉੱਥੇ ਦਰਜ ਕੀਤੇ ਆ, ਉਹ ਜੇ ਕਿਤੇ ਹਿੰਮਤ ਕਰਕੇ ਬੈਠੂਗਾ ਤਾਂ ਜਿੱਦਾਂ ਉਹ ਗੱਲਾਂ ਸਾਹਮਣੇ ਆਉਣਗੀਆਂ ਤਾਂ ਬੜੇ ਐਕਸਪੋਜ਼ ਹੋਣਗੇ ਲੋਕ, ਅਤੇ ਹੋਰ ਬਹੁਤ ਕੁਛ। ਇਸ ਤਰ੍ਹਾਂ ਦਾ ਮਤਲਬ ਗੋਰਖ ਧੰਦਾ ਐਡਾ ਵੱਡਾ ਚੱਲ ਰਿਹਾ, ਅਤੇ ਮਤਲਬ ਇਸ ਤਰ੍ਹਾਂ ਜਿਹੜਾ ਦੇਖ ਕੇ ਦੁੱਖ ਵੀ ਹੁੰਦਾ, ਅਤੇ ਮਤਲਬ ਜਦੋਂ ਪਤਾ ਲੱਗਦਾ ਉਦੋਂ ਹੈਰਾਨੀ ਵੀ ਹੁੰਦੀ ਹੈ ਵੀ ਅਸੀਂ ਤਾਂ ਅਜੇ ਫਿਰ ਸ਼ਾਇਦ ਬਹੁਤ ਪਿੱਛੇ ਫਿਰਦੇ ਹਾਂ, ਜਿਸ ਤਰ੍ਹਾਂ ਦਾ ਇਹ ਵਿਹਾਰ ਆਪਣੇ ਉਹਨਾਂ ਲੋਕਾਂ ਨਾਲ ਕਰਦੇ ਜਿਹੜੇ ਇਹਨਾਂ ਦੇ ਸਿਸਟਮ 'ਚ ਫਿੱਟ ਨਹੀਂ ਪੈਂਦੇ, ਉਹਦੇ ਹਿਸਾਬ ਨਾਲ ਤਾਂ ਜੇ ਜਗਵਿੰਦਰ ਸਿੰਘ ਹੁਣ ਜਿਉਂਦਾ ਬੈਠਾ ਤਾਂ ਇੱਕ ਪਰਮਾਤਮਾ ਦੀ ਕਾਲਪੁਰਖ ਦੀ ਕਿਰਪਾ ਤੋਂ ਇਲਾਵਾ ਹੋਰ ਕੁਛ ਨਹੀਂ ਹੋ ਸਕਦਾ। ਜਿਵੇਂ ਤੁਸੀਂ ਕਹਿ ਰਹੇ ਹੋ ਵੀ ਮੁੱਖ ਮੰਤਰੀ ਨੂੰ ਜਾਂ ਪੰਜਾਬ ਸਰਕਾਰ ਨੂੰ ਰਿਵਿਊ ਕਰਨਾ ਚਾਹੀਦਾ ਸਾਰੇ ਡਰੱਗ ਵਾਲੇ ਮਾਮਲੇ ਨੂੰ ਜਾਂ ਅਫਸਰਾਂ ਨੂੰ ਲੈ ਕੇ, ਜਿਵੇਂ ਹੁਣ ਤੁਹਾਡੇ ਤਾਂ ਘਰੇ ਮੁੱਖ ਮੰਤਰੀ ਆ ਰਹੇ ਨੇ, 1 ਤਰੀਕ ਨੂੰ ਬਹਿਸ ਰੱਖੀ ਆ ਵੱਡੀਆਂ ਵੱਡੀਆਂ ਪਾਰਟੀਆਂ ਦੇ ਪ੍ਰਧਾਨਾਂ ਨੇ ਆਉਣਾ ਗਾ ਇੱਕ ਸੱਦਾ ਪੱਤਰ, ਉਹਦੇ ਤੁਹਾਨੂੰ ਲੱਗਦਾ ਵੀ ਇਹ ਗੱਲ ਡਿਸਕਸ ਹੋਣੀ ਚਾਹੀਦੀ ਹੈ? ਇਹ ਮੈਂ ਰਤਨ ਪਹਿਲਾਂ ਵੀ ਇੱਕ ਦੋ ਵਾਰੀ ਜਦੋਂ ਇਹ ਗੱਲ ਜਿੱਦੇ ਚੱਲੀ ਚੱਲੀ ਸੀ ਉਦਾਂ ਹੀ ਕਹਿਤਾ ਸੀ ਵੀ ਪਹਿਲੀ ਗੱਲ ਤਾਂ ਇਹ ਸਿਰੇ ਚੜ੍ਹਨੀ ਨਹੀਂ ਗੱਲ, ਜਦੋਂ ਸਭਰੀ ਦੁਨੀਆਂ ਨੂੰ ਪਤਾ ਹੈ ਉਹਨਾਂ ਪਾਰਟੀਆਂ ਬਾਰੇ, ਤਾਂ ਹੀ ਤਾਂ ਤੁਹਾਨੂੰ ਸਰਕਾਰ ਬਣਾ ਕੇ ਦਿੱਤੀ ਹੈ, ਤੁਸੀਂ ਦੱਸ ਕੇ ਕੀ ਕਰਨਾ ਚਾਹੁੰਦੇ ਹੋ? ਗੱਲ ਤਾਂ ਹੈਗੀ ਵੀ ਹੱਲ ਦਿਓ, ਤੁਸੀਂ ਜਿਹੜੇ ਝੂਠ ਮਾਰੇ ਸੀਗੇ ਉਹਨਾਂ ਦੇ ਜਵਾਬ ਮੰਗਦੇ ਹਾਂ ਅਸੀਂ ਤਾਂ, ਵੀ ਉਹਨਾਂ ਦੇ ਕੰਮ ਕਰਕੇ ਸਾਡਾ ਪੰਜਾਬ ਸਟੇਟ ਦਾ ਹੱਲ ਕਰੋ, ਸਾਡੇ ਨਸ਼ੇ ਖਤਮ ਕਰੋ, ਬਾਕੀ ਜਿਹੜੀ ਤੁਸੀਂ
ਇਹ 5 ਸਾਲ ਤੁਹਾਡੇ ਤੋਂ ਪਹਿਲਾਂ ਵੀ ਪੁੱਛਾਂਗੇ ਅਸੀਂ, 20 MLA ਸੀ ਤੁਹਾਡੇ ਕੋਲੇ, ਉਦੋਂ ਤੁਸੀਂ ਕੀ ਕੀਤਾ, ਕਿਹੜੀ ਇੱਕ ਪ੍ਰਾਪਤੀ ਉਸ ਸਰਕਾਰ ਦੇ ਖਿਲਾਫ ਖੜ ਕੇ ਇਹਨਾਂ ਨੇ ਕਰਵਾਈ ਹੈ? 20 MLA ਤੁਹਾਡੇ ਪਹਿਲਾਂ ਫੇਲ, 92 MLA ਨੂੰ ਲੈ ਕੇ ਤੁਸੀਂ ਜਮੀ ਬੇੜਾ ਗਰਕ ਕਰ ਦਿੱਤਾ, ਅਤੇ ਗੱਲਾਂ ਤੁਸੀਂ ਕਰਦੇ ਵੀ ਤੁਸੀਂ ਲੋਕਾਂ ਨੂੰ ਦੱਸਾਂ ਵੀ ਗੁਨਾਹਗਾਰ ਕੌਣ ਹੈ, ਲੋਕਾਂ ਨੂੰ ਤਾਂ ਪਤਾ ਹੀ ਹੈ, ਤੁਹਾਨੂੰ ਜਾਂ ਤਾਂ ਪਤਾ ਨਹੀਂ ਹੋਊਗਾ ਜਾਂ ਤੁਸੀਂ ਇੰਨੇ ਬੇਈਮਾਨ ਜਾਂ ਮਤਲਬ ਠੱਗ ਗਏ ਹੋ ਜਿਹੜੇ ਮਤਲਬ ਅੱਜ ਵੀ ਲੋਕਾਂ ਨੂੰ ਮੂਰਖ ਬਣਾਉਣਾ ਚਾਹੁੰਦੇ ਨੇ ਪੰਜਾਬ ਦੇ ਲੋਕ। ਨਹੀਂ, ਖਾਸ ਕਰਕੇ ਸੇਖੋਂ ਸਾਹਿਬ SYL ਨੂੰ ਲੈ ਕੇ ਇਹ ਮੁੱਦਾ ਭਖਿਆਣਾ, ਉਹ ਕਹਿੰਦੇ ਵੀ ਸਾਰੀ ਗਲਤੀ ਰਸੀਆਂ ਦੀ ਅਤੇ ਅਕਾਲੀਆਂ ਦੀ, ਵੀ ਲੋਕਾਂ ਨੂੰ ਇੱਕ ਵਾਰੀ ਸੀਸਾ ਦਿਖਾਉਣਾ ਗਾ ਵੀ ਇਹਨਾਂ ਨੇ ਹੀ ਸਾਰਾ ਬੇੜਾ ਬਿਠਾਇਆ। ਯਾਰ ਰਤਨ, ਇਹ ਜਿਹੜੀ ਰਾਜਨੀਤੀ ਲੋਕਾਂ ਨੂੰ ਸਮਝਣੀ ਪਊਗੀ ਹੁਣ। ਸੁਖਬੀਰ ਬਾਦਲ ਉੱਠਦਾ ਕੁਰਬਾਨੀ ਦੇ ਦਿਆਂਗੇ, ਇੱਕ ਬੂੰਦ ਪਾਣੀ ਦੀ ਨਹੀਂ ਜਾਣ ਦਿਆਂਗੇ, ਇਹ ਕਹਿੰਦਾ ਪਾਣੀ ਨਹੀਂ ਦੇਵਾਂਗੇ, ਤੇ ਪਾਣੀ ਤਾਂ ਜਾ ਰਿਹਾ, ਕਿਹੜਾ ਪਾਣੀ ਰੋਕਿਆ ਹੋਇਆ ਇਹਨਾਂ ਨੇ? ਗੱਲ ਤਾਂ ਵੀ ਗੱਲ ਕਰਦੇ ਕੀ ਹੈ, ਦੇਵਾਂਗੇ ਜਿਵੇਂ ਤੁਸੀਂ ਰੋਕ ਕੇ ਬੈਠੇ ਤਾਂ ਕੋਈ ਤੁਹਾਡੇ ਤੋਂ ਮੰਗਦਾ ਪਾਣੀ? ਤਾਂ 16 ਦੇ ਵਿੱਚ ਜਦੋਂ ਇਹਨਾਂ ਦੀ ਅਕਾਲੀਆਂ ਦੀ ਗੌਰਮੈਂਟ ਸੀਗੀ, ਉਦੋਂ ਇਹਨਾਂ ਨੇ ਜਿਹੜੀ, ਤੁਸੀਂ ਕਦੇ ਵਿਜ਼ਿਟ ਕਰਕੇ ਆਓ ਅਨੰਦਪੁਰ ਸਾਹਿਬ ਤੱਕ, ਉੱਥੋਂ ਜਿਹੜੀ ਇੱਥੋਂ ਨਹਿਰ ਸ਼ੁਰੂ ਹੁੰਦੀ ਹੈ ਆਪਣੇ ਕੀਰਤਪੁਰ ਤੋਂ ਅਨੰਦਪੁਰ ਸਾਹਿਬ ਤੋਂ, ਦੇਖੋ ਕਿੰਨੀ ਉੱਚੀ ਕੀਤੀ ਹੋਈ ਹੈ ਉਹ, ਉਸ ਕਰਕੇ ਬਾਕੀ ਥਾਂ 'ਤੇ ਤਾਂ ਨਹਿਰ ਨਹੀਂ ਵੀ ਸੀ, ਉਸ ਜਗ੍ਹਾ 'ਤੇ ਨਹਿਰ ਬਰਾਬਰ ਚੱਲਦੀ ਸੀ, ਉਹ ਉੱਚੀ ਕਰਕੇ ਉਦੋਂ ਵੱਧ ਪਾਣੀ ਜਿਹੜਾ ਹੈਗਾ SYL ਦਾ ਪਾਇਆ ਹੋਇਆ। ਤੁਸੀਂ ਜਾ ਕੇ ਵਿਜ਼ਿਟ ਕਰੋ, ਤੁਸੀਂ ਤਾਂ ਉੱਧਰ ਤੁਰੇ ਫਿਰਦੇ ਸਦੂਰ ਵਾਲੇ ਪਾਸੇ, ਉੱਥੇ SYL ਵੇਖ ਕੇ ਤਾਂ ਉਹ ਪਰਲੇ ਪਾਸੇ ਜਾ ਕੇ ਚੱਲਦੀ ਆ ਸਾਰਾ ਪਾਣੀ। 2 ਨਹਿਰਾਂ ਜਿਹੜੀਆਂ ਹੈ, ਇੱਕ ਜਿਹੜੀ ਪਾਟੜਾਂ ਵਾਲਣ ਵਾਲੀ ਹੈਗੀ, ਇੱਕ ਜਿਹੜੀ ਤੁਹਾਡੇ ਇੱਧਰ ਨਿਕਲਦੀ ਜਾ ਕੇ ਸੂਗਲ ਦੇ ਏਰੀਆ 'ਚ ਜਿਹੜੀਆਂ ਨਹਿਰਾਂ, ਇਹਦੇ 'ਚੋਂ ਨਿਕਲਦੀ ਨਾ ਪਾਖੜਾਂ 'ਚੋਂ, ਉਹਦੇ 'ਚ ਉਦਾਂ ਪਾਣੀ, ਉਦੋਂ ਪੂਰਾ ਵੱਧ ਪਾਣੀ ਦਿੱਤਾ ਹੋਇਆ ਪਿਆ, ਠੀਕ ਹੈ, ਪੂਰਾ ਪੂਰਾ ਪਾਣੀ ਜਾ ਰਿਹਾ, ਦਿੱਲੀ ਨੂੰ ਜਿਹੜਾ ਪਾਣੀ ਜਾਣਾ ਸੀ ਉਹ ਜਾ ਰਿਹਾ। ਅਤੇ ਲੋਕਾਂ ਨੂੰ ਮੂਰਖ ਬਣਾਈ ਜਾਂਦੇ, ਪਾਣੀ ਨਹੀਂ ਜਾਣ ਦੇਵਾਂਗੇ, ਪਾਣੀ ਨਹੀਂ ਜਾਣ ਦੇਵਾਂਗੇ, ਪਹਿਲੀ ਗੱਲ ਤਾਂ ਪਾਣੀ ਜਾ ਰਿਹਾ, ਦੂਜੀ ਗੱਲ ਇਹ ਹੈ ਤੁਸੀਂ ਪਾਣੀ ਰੋਕ ਕੇ ਵਿਖਾ ਦਿਓ, ਕਿਵੇਂ ਰੋਕੋਗੇ ਪਾਣੀ? ਮੇਰਾ ਕੁਐਸਚਨ ਹੈ, ਠੀਕ ਹੈ ਤੁਸੀਂ ਪਾਣੀ ਦੇਣਾ, ਕਿੱਥੇ ਕਿੱਥੇ ਰੋਕੋਗੇ ਪਾਣੀ? ਬੰਨ ਲਾ ਦਿਓਗੇ ਪਾਣੀ? ਕਿਆ ਗੱਲਾਂ ਕਰਦੇ ਹੋ ਤੁਸੀਂ? ਲੋਕਾਂ ਨੂੰ ਵੀ ਸਮਝਣਾ ਪਊਗਾ ਵੀ ਖੇਡ ਖੇਡੀ ਜਾ ਰਹੀ ਤੁਹਾਡੇ ਨਾਲ, ਪਾਣੀ ਜਾ ਰਿਹਾ, ਪਾਣੀ ਰੋਕਿਆ ਵੀ ਨਹੀਂ ਜਾ ਸਕਦਾ, ਠੀਕ ਹੈ, ਨੈਚੁਰਲ ਸੋਰਸਿਸ ਹੈ ਤੁਹਾਡੇ ਕੋਲ, ਪਿੱਛੋਂ ਆ ਰਿਹਾ ਤੁਸੀਂ ਕਿਵੇਂ ਪਾਣੀ ਰੋਕ ਲਓਗੇ? ਮੰਨ ਲਓ ਰਾਜਸਥਾਨ ਅਤੇ ਹਰਿਆਣਾ ਕਹਿੰਦੇ ਚੱਲ ਜਾਊਗਾ ਨਾ ਦਿਓ ਜੀ ਪਾਣੀ, ਤੁਹਾਨੂੰ ਕਿੱਥੇ ਲੈ ਕੇ ਜਾਊਂਗੇ ਜੀ ਪਾਣੀ? ਕੋਈ ਕਰੇ ਗੱਲ, ਕੁਐਸਚਨ ਕੀਤੀ ਕਿਸੇ ਨੇ? ਤਾਂ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਅੱਜ ਵੀ ਜਿਹੜਾ ਕਹਿੰਦਾ ਪਾਣੀ ਨਹੀਂ ਦੇਣਾ, ਕੁਰਬਾਨੀ ਦੇ ਦਿਆਂਗੇ, ਸੁਖਬੀਰ ਬਾਦਲ ਕਹਿੰਦਾ ਜਾਨ ਦੇ ਦਿਆਂਗੇ, ਇਹ ਕਹਿੰਦਾ, ਤੁਸੀਂ ਦੇਖੋ ਤੁਸੀਂ ਹੋ ਕੀ ਰਿਹਾ? ਮੈਂ ਤਾਂ ਕੁਐਸਚਨ ਕਰ ਰਿਹਾ ਤੁਹਾਡੇ ਨੂੰ ਵੀ ਪਾਣੀ ਤਾਂ ਜਾ ਰਿਹਾ ਔਰ ਪਾਣੀ ਤੁਸੀਂ ਰੋਕ ਵੀ ਨਹੀਂ ਸਕਦੇ। ਇਸ ਕਰਕੇ ਉਹ ਰਾਜਨੀਤੀ ਕਰਨੀ ਜਿਹੜੀ ਹੈਗੀ ਇਸ ਤਰ੍ਹਾਂ ਦੀ, ਲੋਕਾਂ ਨੂੰ ਮੂਰਖ ਬਣਾਉਣ ਤੋਂ ਇਲਾਵਾ ਕੁਛ ਨਹੀਂ, ਅਵੇਅਰਨੈਸ ਆ ਰਹੀ ਹੈ ਲੋਕਾਂ 'ਚ, ਇਹ ਗੱਲਾਂ ਜਿਹੜੀਆਂ ਹੌਲੀ ਹੌਲੀ ਮੁੱਦੇ ਜਿਹੜੇ ਆ ਖਤਮ ਹੋ ਜਾਣਗੇ, ਉਹ ਫਿਰ ਲੋਕ ਪੁੱਛਣਗੇ ਵੀ ਇੱਧਰ ਉੱਧਰ ਦੀਆਂ ਗੱਲਾਂ ਨਹੀਂ ਚੱਲਣੀਆਂ, ਕੰਮ ਦੀ ਗੱਲ ਕਰੋ ਵੀ ਲੁੱਟਿਆ ਕੀ ਨੇ। ਖਾਸ ਕਰਕੇ ਜਿਹੜੀ ਨਸ਼ਿਆਂ ਨੂੰ ਲੈ ਕੇ ਜਿਵੇਂ ਤੁਸੀਂ ਮੁੱਦਾ ਉਠਾਉਂਦੇ ਰਹੇ ਹੋ, ਤੁਹਾਡੇ ਜਾਣ ਤੋਂ ਬਾਅਦ ਕਮੇਟੀਆਂ ਵੀ ਬਣੀਆਂ, ਹੋਰ ਬਹੁਤ ਸਾਰੇ ਬਲਵਿੰਦਰ ਸਿੰਘ ਝੋਟੇ ਦਾ ਉਹਦਾ ਮਾਮਲਾ ਵੀ ਹਾਈਲਾਈਟ ਹੈ, ਉਹ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਪੰਜਾਬ ਦੇ ਲੋਕ ਦੁਖੀ ਹੋਏ ਵੇ ਕਰਨ ਕੀ, ਪਰਮਿੰਦਰ ਝੋਟੇ ਵਾਲਾ ਮਸਲਾ ਵੀ ਇੱਕ ਸਿਸਟਮ ਦੇ ਵਿੱਚ ਖੜਾ ਹੋਇਆ ਨਾ, ਜੇ ਹਾਲਾਤ ਸੀਗੇ ਤਾਂ ਹੀ ਝੋਟਾ ਵਿੱਚੋਂ ਪੈਦਾ ਹੋਇਆ, ਠੀਕ ਹੈ, ਬਲਵਿੰਦਰ ਸਿੰਘ ਕਿੱਥੋਂ ਪੈਦਾ ਹੋਇਆ? ਸਿਸਟਮ ਦੇ ਵਿੱਚੋਂ ਪੈਦਾ ਹੋਇਆ, ਅਤੇ ਬਥੇਰੇ ਲੋਕ ਹੋਰ ਹੋਣਗੇ। ਜੇ ਤੁਸੀਂ ਠੀਕ ਨਹੀਂ ਕੁਛ ਕਰਨਾ ਤਾਂ ਉਹਦੇ ਆਊਟਕਮਸ ਤਾਂ ਆਉਣਗੇ ਨਾ, ਜਿਹੜੇ ਉਹਦੇ ਰਿਐਕਸ਼ਨ ਹੋਣੇ ਆ, ਤਾਂ ਹੋਰ ਲੋਕ ਬਥੇਰੇ ਉੱਠਣਗੇ। ਮੈਨੂੰ ਅੰਮ੍ਰਿਤਸਰ 'ਚੋਂ ਹੁਣੇ ਇੱਕ ਟੀਮ ਦਾ ਵਾਸਤਾ ਪਿਆ, ਉੱਥੇ ਮੁੰਡਾ ਹੈਰੀ ਛੋਟਾ ਨਾਮ ਪੂਰਾ ਬੰਦੇ ਧਿਆਨ ਨਹੀਂ, ਉਹ ਬਹੁਤ ਵੱਡਾ ਕੰਮ ਕਰ ਰਹੇ ਆ, ਅੰਮ੍ਰਿਤਸਰ ਦਾ ਤਾਂ ਬਹੁਤ ਹੀ ਬੇੜਾ ਗਰਕ ਹੋਇਆ ਹੋਇਆ, ਜਿੱਥੇ ਮਹਾਂਪੁਰਸ਼ ਕੁੰਵਰ ਵਿਜੇ ਪ੍ਰਤਾਪ ਜੀ ਸਾਡੇ IG ਸਾਹਿਬ ਸਾਡੇ ਜਿਹੜੇ ਬਹੁਤ ਵੱਡਾ ਕੁਰਬਾਨੀ ਕਰਕੇ ਨੌਕਰੀ ਛੱਡ ਕੇ ਜਾ ਕੇ ਇੱਥੇ MLA ਬਣੇ ਬੈਠੇ ਆ, ਸਭ ਤੋਂ ਵੱਡਾ ਬੇੜਾ ਗਰਕ ਤਾਂ ਅੰਮ੍ਰਿਤਸਰ ਦਾ ਹੋਇਆ ਹੈ। ਰਿਪੋਰਟਾਂ ਦੀ ਆਪਾਂ ਗੱਲ ਕਰਦੇ ਹਾਂ, ਇਹ ਰਿਪੋਰਟਾਂ ਤਾਂ ਸਾਈਨਡ ਆ ਉਹਦੇ ਬਾਰੇ, ਉਹਦੀਆਂ ਜਿਹੜੀਆਂ ਕਮਰੇ ਵਿਜੇ ਪ੍ਰਤਾਪ ਦੀ ਮੈਂਬਰ ਸੀਗਾ, ਕਦੇ ਜ਼ਿਕਰ ਕੀਤਾ ਉਹਨੇ, ਕਦੇ ਇੰਟਰਵਿਊ ਕਰਕੇ ਆਇਆ ਜੀ, ਉਹਦੀ ਪੁੱਛਿਆ ਜੀ ਉਹਦੇ ਕੋਲ ਵੀ ਕਦੇ ਬੋਲਿਆ, ਬਹਿਬਲ ਕਲਾਂ ਤੋਂ ਪਹੁੰਚਦਾ ਬਰਗਾੜੀ ਦੀਆਂ ਗੱਲਾਂ ਤੈਨੂੰ ਆਉਂਦੀਆਂ, ਉਹਦੇ 'ਚ ਵੀ ਤੇਰੀ ਰਿਪੋਰਟ ਜਿਹੜੀ ਹੈਗੀ ਕੈਸਲ ਕੀਤੀ ਹੋਈ ਨੂੰ ਕਿੱਥੇ ਚੈਲੇਂਜ ਕੀਤਾ ਹੋਇਆ ਤੂੰ? ਗੱਲਾਂ ਕਰਦਾ, ਠੀਕ ਹੈ, ਗੱਲਾਂ ਨਾਲੇ ਗੱਲ ਨਹੀਂ ਬਣਨੀ, ਜਿਹੜਾ ਲੋਕ ਜਿਹੜੇ ਸਮਝਦੇ ਹੈਗੇ ਆ, ਉਹ ਲੋਕ ਵੀ ਜਿਹੜੇ ਹੈਗੇ ਆ ਆਪਦੇ ਨਿੱਜ ਨੂੰ ਪਾਲ ਰਹੇ ਆ, ਜਿੰਨੀ ਤਾਂ ਉਹਨੂੰ ਕੋਈ ਪ੍ਰਾਈਮ ਅਹੁਦਾ ਨਹੀਂ ਦਿੱਤਾ, ਕੋਈ ਉਹਨੂੰ ਪੁੱਛਿਆ ਨਹੀਂ ਕਿਸੇ ਨੇ, ਅਤੇ ਉਹ ਬਲਵਿੰਦਰ ਸਿੰਘ ਵਰਗਾ ਉਹਦੀ ਥਾਂ 'ਤੇ ਹੁੰਦਾ ਤਾਂ ਹੁਣ ਕਿੰਨੇ ਦਿਨ ਜਲੂਸ ਕੱਢ ਕੇ ਸੱਚ ਲੋਕਾਂ ਦੇ ਸਾਹਮਣੇ ਰੱਖ ਦਿੰਦਾ, ਪਰ ਨਹੀਂ, ਹਿੰਮਤ ਨਹੀਂ ਹੈਗੀ। ਨਹੀਂ, ਪਰ ਉਹ ਆਪਦੀ ਸਰਕਾਰ ਬਾਰੇ ਤਾਂ ਕਹਿੰਦੇ ਨੇ ਨਾ, ਸਰਕਾਰ ਬਾਰੇ ਕੀ ਕਹਿਣਾ, ਉਹ ਤਾਂ ਸਾਰੀ ਦੁਨੀਆ ਕਹੀ ਜਾਂਦੀ ਹੈ, ਸੱਚ ਜਿਹੜਾ ਜਾਣਦਾ ਉਹ ਤਾਂ ਬੋਲੇ। ਉਹਦੀ ਇੱਕ ਰਿਪੋਰਟ ਜਿਹੜੀ ਸੀਗੀ ਜਿਹੜੇ ਗੈਂਗਸਟਰਾਂ ਨਾਲ ਸੰਬੰਧ ਮਜੀਠੀਏ ਬਾਰੇ ਜਿਹੜੀ ਉਹਨੇ ਬਣਾਈ ਸੀ, ਨਹੀਂ ਉਹ ਬੋਲਿਆ ਕਿਤੇ। ਮੈਂ ਇੱਕ ਇੰਟਰਵਿਊ 'ਚ ਕਿਹਾ ਵੀ ਨਹੀਂ ਦੱਸੇਗਾ ਤਾਂ ਅਸੀਂ ਇਹਨੂੰ ਜਨਤਕ ਕਰਾਂਗੇ, ਮੇਰੇ ਕੋਲ ਤਾਂ ਹੈਗੀ ਸੀ, ਫਿਰ ਇੰਟਰਵਿਊ ਕਰਨ ਆ ਗਿਆ, ਠੀਕ ਹੈ। ਆਹ ਹੁਣ ਖੁੱਲੀ ਗਈਆਂ ਰਿਪੋਰਟਾਂ, ਰਿਪੋਰਟਾਂ ਖੁੱਲ੍ਹ ਕੇ ਲੋਕਾਂ 'ਚ ਤਾਂ ਨਹੀਂ ਆਈਆਂ, ਪਬਲਿਕ ਡੋਮੇਨ 'ਚ ਤਾਂ ਨਹੀਂ ਕਦੇ ਸੁਣੀਆਂ, ਠੀਕ ਹੈ। ਮੈਥੋਂ ਲੈ ਜਾ ਜੀ, ਵੇਖ ਲਿਆ ਜੀ ਕੀ ਕੁਛ ਹੈਗਾ, ਕੀ ਉਹ ਨਾਮ ਪੀਟਰ ਬਿਰਦੀ ਦਾ ਨਾਮ ਕਦੇ ਸੁਣਿਆ, ਦੇਵ ਬਾਠ ਦਾ ਨਾਮ ਕਦੇ ਸੁਣਿਆ, ਕਦੇ ਸੁਣਿਆ? ਇਸ ਤੋਂ ਬਾਅਦ ਉਹ ਤਾਂ ਮੇਨ ਜਿਹੜੇ ਬੰਦੇ ਪੈਸਾ ਸੰਭਾਲਦੇ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ, ਸੰਦੀਪ ਸੰਧੂਆਂ ਨੇ ਅਤੇ ਜੇ ਰੰਧਾਵੇ ਵਰਗੇ ਨੇ ਜੋ ਇੱਥੇ ਕੀਤਾ ਪਿਛਲੇ ਕਾਂਗਰਸ ਦੇ ਰਜੀਮ 'ਚ, ਤਾਂ ਅਕਾਲੀਆਂ ਤੋਂ ਟੱਪ ਗਏ ਸੀ। ਤਾਂ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ
ਅਤੇ ਲੋਕ ਜਿਹੜੇ ਹੈਗੇ ਹੋਰ ਭੁਗਤਣਗੇ। ਅੱਜ ਪੰਜਾਬ ਜਿਹੜਾ ਹੈਗਾ ਉਹਦੇ ਕੋਲ ਕੁਛ ਵੀ ਨਹੀਂ ਬਚਿਆ ਹੋਇਆ ਬਚਾਉਣ ਵਾਸਤੇ, ਸਾਡੀ ਜਵਾਨੀ ਜਿਹੜੀ ਖਤਮ ਕਰਤੀ ਨਸ਼ੇ ਨੇ, ਅਤੇ ਇਸ ਤੋਂ ਬਾਅਦ ਹੋਰ ਦਾ ਨੁਕਸਾਨ ਹੋ ਵੀ ਕੀ ਜਾਊਗਾ। ਜੇ ਪੰਜਾਬ ਦੇ ਮੁੱਖ ਮੰਤਰੀ ਸੰਜੀਦਗੀ ਨਾਲ ਇਹ ਸਾਰੇ ਮੈਟਰ 'ਤੇ ਧਿਆਨ ਦੇਣ, ਤੁਹਾਨੂੰ ਲੱਗਦਾ ਹੈਗਾ ਵੀ ਇਹਨਾਂ ਦੀ ਵੀ ਬਹੁਤ ਗੁੱਡਵਿਲ ਹੋ ਜੂਗੀ? ਕਿਉਂ ਨਹੀਂ ਕਰ ਸਕਦੇ, 3.5 ਸਾਲ ਪਏ ਆ, 1.5 ਸਾਲ ਤੁਹਾਡਾ ਟੱਪਿਆ, ਜੇ 3.5 ਸਾਲ ਪਏ ਆ, ਕੀ ਦਿੱਕਤ ਹੈਗੀ ਆ? ਕਿਉਂ ਸਾਡੇ ਵਰਗੇ ਲੋਕ ਕੱਲ੍ਹ ਨੂੰ ਮਿੰਨਤਾਂ ਕਰਕੇ ਲੋਕਾਂ ਨੂੰ ਕਹਿੰਦੇ ਫਿਰਨ ਵੀ ਹਾਂਜੀ ਹੁਣ ਸਾਨੂੰ ਬਣਾਓ, ਅਸੀਂ ਚੰਗੇ ਹਾਂ? ਤੁਸੀਂ ਚੰਗੇ ਹੋ ਜਾਓ, ਤੁਸੀਂ ਕਰੋ, ਕਰਨਾ ਤਾਂ ਆਫਟਰ ਆਲ ਸਿਸਟਮ 'ਚ ਬੈਠੇ ਬੰਦੇ ਨਹੀਂ ਹੈਗਾ, ਕਿਉਂ ਨਹੀਂ ਕਰ ਸਕਦੇ? ਪਰ ਕਿਉਂਕਿ ਇਹਦਾ ਮਾਲਕ ਜਿਹੜਾ ਹੈ ਉਹ ਦਿੱਲੀ ਬੈਠਾ, ਉਹ ਤੋਂ ਬਿਨਾਂ ਪੱਤਾ ਨਹੀਂ ਹਿੱਲ ਸਕਦਾ ਜਿੰਨਾ ਚਿਰ ਆਪ ਇਹ ਸਟਰੋਂਗ ਹੋ ਕੇ, ਕਿਉਂਕਿ ਸਾਰਾ ਸਿਸਟਮ ਬਕਾਊ ਹੈ। ਬੰਦਾ ਤਾਂ ਇਹਨਾਂ ਕੋਲ ਕਿਰਦਾਰ ਵਾਲਾ ਕੋਈ ਹੈ ਨਹੀਂ ਸੀ, ਅੱਧੇ ਤੋਂ ਵੱਧ ਤਾਂ ਇਹਨਾਂ ਨੇ ਉੱਧਰੋਂ ਇਕੱਠੇ ਕੀਤੇ ਸੀ ਕਾਂਗਰਸ ਤੋਂ, ਅਤੇ ਦੂਜੀਆਂ ਪਾਰਟੀਆਂ ਤੋਂ, ਠੀਕ ਹੈ, ਜਿਹੜੇ ਆਮ ਆਪਾਂ ਕਹਿੰਦੇ ਸੀ ਉਹ ਉਜਾਗਰ ਹੋ ਹੀ ਰਹੇ ਆ, ਠੀਕ ਹੈ। ਲਵ ਸਿੰਘ ਗੋਕੇ ਬਾਰੇ ਮੈਨੂੰ ਪਿੱਛੇ ਜੇ ਇੱਕ ਤਾਂ ਇਕੱਠੇ ਹੋਣ ਦਾ ਮੌਕਾ ਮਿਲਿਆ, ਮੈਂ ਕੁਐਸਚਨ ਕੀਤਾ ਸੀ ਵੀ ਤੋ ਡਰੱਗ 'ਤੇ ਕਿਉਂ ਨਹੀਂ ਬੋਲਦੇ? ਬਾਕੀ ਮੈਂ ਇਹ ਉਹਨਾਂ ਨੂੰ ਕਹਿੰਦਾ ਜਿਹਨੂੰ ਗਰੀਬ ਕਿਹਾ ਜਾਂਦਾ, ਠੀਕ ਹੈ, ਇਹਨਾਂ ਦੇ ਐਟੀਚਿਊਡ ਕੀ ਹੈਗੇ? ਆ ਜੇਈ ਵਾਲੀ ਗੱਲ ਤਾਂ ਤੁਹਾਡੇ ਸਾਹਮਣੇ ਆ ਹੀ ਗਈ ਹੈ, ਕਿਵੇਂ ਉਹ ਕਹਿੰਦੇ ਕੋਈ ਗੱਲ ਨਹੀਂ ਕਰਦੇ ਕੋਈ ਨਹੀਂ, ਮੈਂ ਕਹਿ ਰਿਹਾ ਤੁਸੀਂ ਕੋਈ ਕਾਨੂੰਨ ਹੋ, MLA ਦਾ ਕੀ ਮਤਲਬ ਹੈ ਕਿਸੇ ਵੀ ਆਪਦੇ ਕੰਮ ਕਰ ਰਹੇ ਅਫਸਰ ਨੂੰ ਜਿਹੜਾ ਹੈ ਕਿਸੇ ਨੂੰ ਮਤਲਬ ਉੱਪਰ ਥੱਲੇ ਕਰੇ ਗੱਲ ਕੇ ਆਊਗਾ? ਵੀ ਉਹ ਕੰਮ ਆਪਣੇ ਹਾਈਕਮਾਂਡ ਨੂੰ ਦੱਸਿਓ, ਉੱਥੇ ਚੀਫ ਸੈਕਟਰੀ ਬੈਠਾ, ਉੱਥੇ DGP ਬੈਠਾ, MLA ਦਾ ਤਾਂ ਕੰਮ ਹੀ ਨਹੀਂ ਹੈਗਾ। ਜਿਹੜੇ ਧੰਦੇ 'ਚ ਇਹ MLA ਵਾੜੇ ਹੋਏ ਆ, ਹਲਕਾਂ 'ਚ ਸਿਸਟਮ ਬਣਾਏ ਹੋਏ ਆ, ਉਹਦੇ ਨਾਲ ਸਿਸਟਮ ਦਾ ਬੇੜਾ ਗਰਕ ਹੋਇਆ ਹੋਇਆ। ਕੋਈ ਆਮ ਕੁਛ ਵੀ ਨਹੀਂ ਹੈਗਾ ਇਹਨਾਂ 'ਚ, ਠੀਕ ਹੈ। ਜਿੰਨੀ ਲੁੱਟ ਖੋਹ ਨੂੰ ਇਹ ਲੱਗੇ ਹੋਏ ਆ, ਉਹੀ ਮੇਨ ਜਿਹੜੀ ਸਪਲਾਈ ਆ ਉਹ ਦਿੱਲੀ ਨੂੰ ਵਹੇਗੀ ਹੈ, ਅਤੇ ਬਾਕੀ ਜਿਹੜਾ ਗੰਦ ਨਿੱਕਾ ਮੋਟਾ ਰਲਦਾ ਮਿਲਦਾ ਜਿੰਨਾ ਕਿ ਇਹਨਾਂ ਨੂੰ ਉਮੀਦ ਹੈ ਇਹਨਾਂ ਨੂੰ ਅਲਾਓ ਕਰਦੇ ਉਹਨਾਂ ਇਹ ਖਾਈ ਜਾਂਦੇ, ਪਰ ਰਲ ਮਿਲ ਕੇ ਆਉਂਦਾ ਜਿਹੜਾ ਹੈਗਾ ਪੂਰੇ ਦਾ ਪੂਰਾ ਪੰਜਾਬ ਨੂੰ ਖਤਮ ਹੋਏ ਪੰਜਾਬ ਨੂੰ ਚੁੰਡਣ 'ਤੇ ਲੱਗੇ ਹੋਏ ਆ। ਇੱਕ ਕੰਮ ਚੰਗਾ ਕਿ ਜਿਹੜੇ ਪੋਲੀਟੀਕਲ ਬੰਦਿਆਂ ਨੂੰ ਪਿਛਲਿਆਂ ਨੂੰ ਫੜ ਫੁੜ ਲੈਂਦੇ ਆ, ਕੱਲ੍ਹ ਪਰਸੋਂ ਜੀਰਾ ਕੁਲਬੀਰ ਫੜਿਆ ਹੋਇਆ ਸੀ, ਇਹੋ ਜਿਹੇ ਠੱਗ ਠੁੱਕ ਸਾਰੇ ਫੜਨੇ ਚਾਹੀਦੇ, ਇਹ ਚੰਗੀ ਗੱਲ ਹੈ, ਚੰਗੀ ਗੱਲ ਨੂੰ ਚੰਗੀ ਵੀ ਕਹਾਂਗੇ। ਹੋਰ ਕੀ ਇੰਨੇ ਕਾਫੀ ਹੈ? ਦੂਰੇ ਮਾਪਦੰਡ ਕਿਉਂ ਹੈ? ਮਨਪ੍ਰੀਤ ਬਾਦਲ ਨੂੰ ਕਿਉਂ ਛੱਡ ਦਿੱਤਾ ਗਿਆ, ਠੀਕ ਹੈ, ਖੈਰੇ ਨੂੰ ਕਿਉਂ ਸਵੇਰੇ ਸਵੇਰੇ ਚੱਕ ਲਿਆ ਕਰੋ, ਇਹਨੂੰ ਕਿਵੇਂ ਖਰਾਬ ਚੱਕ ਲਿਆ? ਮਨਪ੍ਰੀਤ ਬਾਦਲ ਇਹ ਕੀ ਸੀ? ਉੱਥੇ ਨਿੱਜ ਪਾਲਦੇ, ਆਪਦੀਆਂ ਰਿਸ਼ਤੇਦਾਰੀਆਂ ਪਾਲਦੇ, ਆਪਦੀਆਂ ਯਾਰੀਆਂ ਪਾਲਦੇ, ਤੋ ਇਸ ਕਰਕੇ ਜਿਹੜਾ ਇਹ ਚੀਜ਼ਾਂ ਹੈਗੀਆਂ, ਇੰਨੇ ਜਿਹੜੇ ਡਬਲ ਮਾਪਦੰਡਾਂ ਨਾਲ ਆਉਣ ਵਾਲਾ ਸਮਾਂ ਜਿਹੜਾ ਹੈਗਾ ਲੰਬਾ ਸਮਾਂ ਨਹੀਂ ਚੱਲੂਗਾ ਇਹ ਚੀਜ਼ਾਂ। ਲੋਕ ਸਭਾ 24 ਦੇ ਵਿੱਚ ਤੁਹਾਨੂੰ ਪੰਜਾਬ ਦਾ ਕੀ ਲੱਗਦਾ ਹੈਗਾ ਸਾਰਾ ਸਿਸਟਮ? ਪੰਜਾਬ ਦਾ ਕੀ ਲੱਗਣਾ, ਰਤਨ ਇਕੱਠੇ ਹੋ ਗਏ ਇਹ, ਠੀਕ ਹੈ, ਉੱਪਰ ਮੈਂ ਹੈਰਾਨੀ ਸੀ, ਮੈਨੂੰ ਨਵਜੋਤ ਸਿੰਘ ਸਿੱਧੂ ਦਾ ਕਹਿੰਦਾ ਸੀ ਵੀ ਅਸੀਂ ਤਾਂ PM ਚੁਣਨਾ, CM ਥੋੜ੍ਹਾ ਚੁਣਨਾ, ਵੀ ਲੋਕਾਂ ਨੂੰ ਜਿਵੇਂ ਉਹੀ ਪਾਣੀ ਵਾਲੀ ਗੱਲ ਵੀ ਪਾਣੀ ਜਾਣ ਨਹੀਂ ਦੇਵਾਂਗੇ, ਉਹ ਗੱਲ ਹੈ। PM ਸੁਣਨ ਅਤੇ CM ਚੁਣਨ ਦੇ ਵਿੱਚ ਕੋਈ ਡਿਫਰੈਂਟ ਗੱਲ ਹੈਗੀ ਹੈ? ਉਹਨਾਂ ਨੇ ਦੇਸ਼ ਚਲਾਉਣਾ, ਇਹਨੇ ਸਟੇਟ ਚਲਾਉਣੀ, ਗੱਲ ਤਾਂ ਇੱਕੋ ਹੀ ਹੈ, ਅੱਡ ਥੋੜ੍ਹਾ ਹੈਗੀ ਹੈ। ਅਤੇ ਉੱਥੇ ਇਹ ਇਕੱਠੇ ਕਿਉਂਕਿ ਲੋਕਾਂ ਨੂੰ ਵਿਖਾਉਣਾ ਅਸੀਂ ਇਕੱਠੇ ਹਾਂ ਵੀ ਸਾਡੀ ਮਜਬੂਰੀ ਹੈ ਕਿਉਂਕਿ ਉੱਪਰ ਹੁਕਮ ਹੋ ਗਿਆ, ਤਾਂ ਉਹ ਬੜਾ ਇੰਟਰਸਟਿੰਗ ਰਹੂਗਾ, ਇਕੱਠੇ ਇਹ ਹੋਣਗੇ, ਪੰਜਾਬ ਦੇ ਲੋਕ ਵੇਖਣਗੇ, ਅਸੀਂ ਦੱਸਾਂਗੇ, ਠੀਕ ਹੈ, ਸੀਟਾਂ 'ਤੇ ਲੈ ਕੇ ਜਾਣਗੇ ਇਹ, ਲੋਕਾਂ ਕੋਲ ਆਪਸ਼ਨ ਨਹੀਂ ਹੈਗੀ। ਅੱਜ ਅਸੀਂ ਕਿਸੇ ਕੋਈ ਲਾਭ ਨਹੀਂ ਦੇ ਸਕਦੇ ਪੰਜਾਬ ਦੇ ਲੋਕਾਂ ਨੂੰ, ਕਿਉਂਕਿ ਸਾਡੇ ਅਸੀਂ ਕੋਈ ਆਪਸ਼ਨ ਨਹੀਂ ਦੇ ਸਕੇ। ਹੁਣ ਮੇਰੇ ਵਰਗਾ ਬੰਦਾ ਇਕੱਲਾ ਕੀ ਆਪਸ਼ਨ ਦੇਊਗਾ ਐਡੇ ਵੱਡੇ ਸਿਸਟਮ ਦੇ ਸਾਹਮਣੇ, ਜਿੱਥੇ ਕਿ ਬਿਜ਼ਨਸ ਵਪਾਰ ਬਣ ਗਈ ਪੋਲਿਟਿਕਸ, ਠੀਕ ਹੈ, ਕਰੋੜਾਂ ਅਰਬਾਂ ਰੁਪਏ ਖਰਚ ਕੇ ਇਹ ਮੂਰਖ ਬਣਾ ਕੇ ਸਾਰਾ ਐਡਵਰਟਾਈਜ਼ਮੈਂਟ ਨਾਲ ਵਿਖਾਉਂਦੇ ਆ, ਅਤੇ ਉੱਥੇ ਬਲਵਿੰਦਰ ਸਿੰਘ ਦੀ ਤੂਤੀ ਕਿੰਨੀ ਕੁ ਵੱਜੂਗੀ? ਤਾਂ ਫਿਰ ਵੀ ਟਰਾਈ ਕਰ ਰਹੇ ਹਾਂ, ਕੋਸ਼ਿਸ਼ ਕਰਾਂਗੇ, ਜੇ ਜ਼ਿੰਦਗੀ ਰਹੀ ਆਉਣ ਵਾਲੀ 3-4 ਸਾਲ ਹੀ ਜੇ ਵੈਗਰੂ ਨੇ ਦਿੱਤੇ ਤਾਂ ਇੱਕ ਬਦਲ ਦੇਣ ਦੀ ਕੋਸ਼ਿਸ਼ ਕਰਾਂਗੇ, ਉਦੋਂ ਬਿਨਾਂ ਹੱਲ ਕੋਈ ਨਹੀਂ। ਪਰ ਉਸ ਤੋਂ ਪਹਿਲਾਂ ਰਿਕੁਐਸਟ ਹੈ ਕਿ ਇਹੀ ਠੀਕ ਹੋ ਜਾਣ, ਇਹੀ ਕਰ ਲੈਣ, ਤਾਂ ਇਹ ਜਿਹੜਾ ਇਹ ਬਣੂਗਾ 24 ਦੇ ਇਲੈਕਸ਼ਨ ਦਾ ਮੇਲਾ ਬੜਾ ਇੰਟਰਸਟਿੰਗ ਰਹੂਗਾ, ਕਿਉਂਕਿ ਫਿਰ ਇੱਕ ਦੂਜੇ ਨੂੰ ਹੁਣ ਚੰਗਾ ਕਹਿਣਗੇ ਨਾ, ਹੁਣ ਇਹ ਵਾਪਸੀ ਕਿਉਂ ਹੋਈ ਇਹਨਾਂ ਦੀ, ਜਿਹੜੇ ਵਾਪਸ ਆਏ ਆ, ਘਰ ਵਾਪਸ ਆਏ ਆ, ਬੇਸ਼ਰਮੀ ਨੂੰ ਘਰ ਵਾਪਸੀ ਦਾ ਨਾਮ ਕਹਿੰਦੇ ਆ, ਇਸੇ ਕਰਕੇ ਆਏ ਵੀ ਹੁਣ ਖਤਰਾ ਹਟ ਗਿਆ। ਗਏ ਕਿਉਂ ਸੀ? ਇਹ ਫੜਨ ਕੇਂਦਰ ਦੇਣ ਲੱਗੇ ਹੋਏ ਸੀਗੇ, ਆ ਬਲਵੀਰ ਸਿੱਧੂ ਹੋਰਾਂ ਬਾਰੇ ਕਾਂਗੜ ਹੋਣਾ ਪਤਾ ਹੀ ਹੈ ਕਿੱਡੇ ਕਿੱਡੇ ਵੱਡੇ ਕਰਪਸ਼ਨ ਦੇ ਸਿਸਟਮ ਹੈਗੇ ਆ, ਠੀਕ ਹੈ, ਉਹ ਕੁੜੀ ਨੇਹਾ ਸ਼ੌਰੀ ਜਿਹੜੀ ਮਰਡਰ ਹੋਇਆ ਡਰੱਗ ਇੰਸਪੈਕਟਰ, ਠੀਕ ਹੈ, ਉਹਨਾਂ ਦੀ ਫੈਮਿਲੀ 'ਚ ਜਾ ਕੇ ਕਿਤੇ ਕਰਕੇ ਆਇਆ, ਜੇ ਮੈਂ ਤੁਹਾਨੂੰ ਦੇਊਂਗਾ ਰੈਫਰੈਂਸ, ਠੀਕ ਹੈ, ਉਹ ਮਰਡਰ ਕੇਸ ਜਿਹੜਾ ਉਹ 'ਚ 10 ਲੱਖ ਕਰੋੜ ਦੀਆਂ ਦਵਾਈਆਂ ਦਾ, 10,000 ਦਾ ਤਾਂ ਉਹਨੇ ਕਰੋੜ ਦਾ ਕੀਤਾ ਸੀ, ਸਾਹਮਣੇ ਲਿਆਇਆ ਸੀਗਾ, 10-15-20 ਹਜ਼ਾਰ ਜਾਂ ਇਦੂ ਵੀ ਵੱਧ ਕਰੋੜ ਦਾ ਉਹ ਸੀਗਾ, ਜਿਹੜੀਆਂ ਗੋਲੀਆਂ ਵੇਚਣੀਆਂ ਸੀਗੀਆਂ, ਹੈਲਥ ਮਿਨਿਸਟਰ ਸੀਗਾ, ਕੁੜੀ ਮਰਵਾ ਦੀ ਮਰਡਰ ਹੀ ਕਰਵਾ ਤਾ ਦਫ਼ਤਰ 'ਚ ਬੈਠੀ, ਉਹ ਸਾਰਾ ਕੁਛ ਕਲੀਅਰ ਆ, ਉਹਦੇ ਮਾਂ ਬਾਪ ਚੀਕਾਂ ਮਾਰਦੇ ਫਿਰਦੇ, ਅਤੇ ਇਹ ਉਹ ਲੋਕ ਨੇ ਹੁਣ ਇਹ ਘਰ ਵਾਪਸ ਆ ਗਏ, ਹੁਣ ਫਿਰ ਇਹਨਾਂ ਨੂੰ ਦੁਬਾਰਾ ਚੁਣੋ ਅਸੀਂ, ਤਾਂ ਇਹ ਜਿਹੜਾ ਹੈਗਾ ਇਹਨਾਂ ਦੀ ਇਕੱਠੀ ਗੱਲਬਾਤ ਹੋ ਗਈ, ਹੁਣ ਇਹਨੂੰ ਦਿੱਕਤ ਹੈ ਕੋਈ ਹੈ ਨਹੀਂ ਗੀ ਇੱਥੇ ਆਉਣ ਵਾਲੇ ਸਮੇਂ 'ਚ, ਕਿਉਂਕਿ ਇਕੱਠੇ ਆ ਅਤੇ ਘਰ ਵਾਪਸੀਆਂ ਹੋ ਗਈਆਂ, ਦਿਸਦਾ ਇਹਨਾਂ ਨੂੰ ਵੀ ਆਪਸ਼ਨ ਤਾਂ ਕੋਈ ਹੈ ਨਹੀਂ, ਅਤੇ ਲੋਕ ਵੋਟ ਅਕਾਲੀਆਂ ਦੇ ਕਾਂਗਰਸ ਇਹਨੂੰ ਹੀ ਪਾਉਣਗੇ, ਪਰ ਆਪਸ਼ਨ ਜਿਹੜੀ ਹੈਗੀ ਬਣੂਗੀ, ਪਰਮਾਤਮਾ ਕੋਈ ਨਾ ਕੋਈ ਕਿਰਪਾ ਕਰੂਗਾ, ਹਾਲਾਤ ਬਣਨਗੇ ਇਹੋ ਜਿਹੇ ਕਿ ਅੱਜ ਭਾਵੇਂ 24 ਦੇ ਇਲੈਕਸ਼ਨ ਵਿੱਚ ਨਹੀਂ ਕੋਈ ਦਿਖਾਈ ਦਿੰਦਾ, ਲੱਗਦਾ ਨਵੇਂ ਬੰਦੇ ਖੜੇ ਹੋਣ, ਕਿਉਂ ਨਹੀਂ ਹੋਣਗੇ, ਹੋਰ ਹੱਲ ਵੀ ਕੀ ਹੈਗਾ ਪੰਜਾਬ ਕੋਲ? ਜੇ ਇਹਨਾਂ ਨੇ ਇਹੀ ਬੇਸ਼ਰਮੀ ਧਾਰੀ ਰੱਖੀ, ਇਹੀ ਇਵੇਂ ਹੀ ਕਰਦੇ ਰਹੇ, ਤਾਂ 3.5 ਸਾਲ 'ਚ ਪੰਜਾਬ, ਪਹਿਲਾਂ ਤਾਂ ਪੰਜਾਬ ਦੀ ਹਾਲਤ ਸੋਚੋ ਕੀ ਹੋਊਗੀ, ਅਜੇ 1.5 ਸਾਲ 'ਚ ਇਹਨਾਂ ਨੇ ਹਾਲਾਤ ਇਹ ਲਿਆ,
ਕੋਸ਼ਿਸ਼ ਜ਼ਰੂਰ ਕਰਾਂਗੇ ਵੀ ਕੁਛ ਨਾ ਕੁਛ ਜੇ ਇਹ ਨਹੀਂ ਸੁਧਰਦੇ ਜਾਂ ਇਹ ਨਹੀਂ ਸ਼ਰਮ ਨੂੰ ਹੱਥ ਮਾਰਦੇ ਤਾਂ ਪੰਜਾਬ ਲੜਿਆ ਹੈਗਾ ਹੋਰ ਕੋਈ ਚਾਰਾ ਨਹੀਂ ਹੈਗਾ ਕਿ ਨਵੇਂ ਯੂਥ 'ਚੋਂ ਨਵੇਂ ਲੋਕਾਂ ਵਿੱਚ ਉੱਠ ਕੇ ਕੋਈ ਇਹਨਾਂ ਨੂੰ ਟੱਕਰ ਦੇ ਕੇ ਇਹਨਾਂ ਦੇ ਸਾਹਮਣੇ ਕਹਿ ਦੇ ਜਿਵੇਂ ਇਸ਼ਤਿਹਾਰਾਂ ਨੂੰ ਲੈ ਕੇ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਗੱਲਾਂਗੇ ਤੁਹਾਨੂੰ ਲੱਗਦਾ ਵੀ ਲੋਕ ਜਿਵੇਂ ਤੁਸੀਂ ਕਿਹਾ ਵੀ ਲੋਕਾਂ ਕੋਲ ਆਪਸ਼ਨ ਹੈ ਨਹੀਂ ਲੋਕ ਇਹਨਾਂ ਨੂੰ ਫਿਰ ਚੁਣ ਲੈਣਗੇ ਕਿਤੇ ਨਾ ਕਿਤੇ ਗਲਤੀ ਲੋਕਾਂ ਦੇ ਵਿੱਚ ਵੀ ਆ ਨਹੀਂ ਲੋਕਾਂ ਦੀ ਕੀ ਗਲਤੀ ਲੋਕਾਂ ਕੋਲ ਆਪਸ਼ਨ ਨਹੀਂ ਲੋਕਾਂ 'ਚ ਗਲਤੀ ਇਹ ਹੈ ਐਜੂਕੇਸ਼ਨ ਦੀ ਘਾਟ ਹੈ ਅਵੇਅਰਨੈਸ ਦੀ ਘਾਟ ਹੈ ਨਹੀਂ ਤਾਂ ਨੋਟਾ ਨਾਮ ਦਾ ਇੱਕ ਬਟਨ ਹਰੇਕ ਉਹ 'ਤੇ ਲੱਗਿਆ ਹੋਇਆ ਉਹ ਸਭ ਤੋਂ ਖਤਰਨਾਕ ਬਟਨ ਹੈ ਜੇ ਲੋਕਾਂ ਨੂੰ ਪਤਾ ਹੋਵੇ ਤਾਂ ਠੀਕ ਹੈ ਉਹਦੇ ਵਿੱਚ ਜੇ ਉਹਦੀ ਇੱਕ ਪਰਸੈਂਟੇਜ ਵੋਟਰ ਜਿਹੜੀ ਹੈਗੀ ਪੈ ਜਾਵੇ ਠੀਕ ਹੈ ਮੰਨ ਲਓ ਉਹ ਮੇਰੇ ਧਿਆਨ 'ਚ ਵੀ ਕਿੰਨੇ ਪਰਸੈਂਟੇਜ ਵੋਟ ਜੇ ਨੋਟਾਂ ਨੂੰ ਪੈ ਜਾਵੇ ਤਾਂ ਜਿੰਨੇ ਬੰਦੇ ਉਹ ਖੜੇ ਹੈ ਉਹ ਸਾਰੇ ਗਾਹ ਇਲੈਕਸ਼ਨ ਲੜਨ ਵਾਸਤੇ ਲਈ ਬੱਲੇ ਰਹਿੰਦੇ ਇਹ ਕਾਨੂੰਨ ਹੈ ਹੁਣ ਦੱਸੇ ਕੌਣ ਐਜੂਕੇਸ਼ਨ ਤਾਂ ਖੋਲੀ ਨਸ਼ੇ ਦੇ ਤੇ ਸਾਨੂੰ ਅਵੇਅਰਨੈਸ ਨਾਲ ਹੈ ਨਾ ਬਹੁਤ ਸਟੇਟਾਂ ਵਿੱਚ ਯੂਜ਼ ਹੁੰਦਾ ਇਹ ਚੀਜ਼ ਦਾ ਪਰ ਆਪਣੇ ਤਾਂ ਬਿਲਕੁਲ ਹੀ ਇਹਦੇ ਬਾਰੇ ਕਦੇ ਜ਼ਿਕਰ ਕੀਤਾ ਕਿਸੇ ਨੇ ਇਹ ਸਰਕਾਰ ਦਾ ਫਰਜ਼ ਹੈ ਦੱਸਣਾ ਲੋਕਾਂ ਨੂੰ ਵੀ ਤੁਹਾਡੇ ਕੋਲ ਨੋਟਾ ਵੀ ਹੈਗਾ ਠੀਕ ਹੈ ਤੁਸੀਂ ਇਹਦੇ 'ਤੇ ਮਤਲਬ ਜੇ ਕਿਸੇ ਨੂੰ ਨਹੀਂ ਤੁਸੀਂ ਪਸੰਦ ਕਰਦੇ ਤਾਂ ਇਹ 'ਤੇ ਜਾ ਸਕਦੇ ਹੋ ਹੁਣ ਇਹਦੀ ਅਵੇਅਰਨੈਸ ਹੀ ਨਹੀਂ ਹੈਗੀ ਤਾਂ ਇਸ ਕਰਕੇ ਬਾਕੀ ਸਿਸਟਮ ਵਿਕਣ ਵਾਲਾ ਜਿਹੜਾ ਹੈਗਾ ਉਹ ਹੁਣ ਇੱਕ ਡਿਫਰੈਂਟ ਹੋ ਗਿਆ ਨਵੀਂ ਚੀਜ਼ ਇਹ ਹੋਈ ਆ ਪਿਛਲੇ ਇਲੈਕਸ਼ਨ ਦੇ ਵਿੱਚ ਕਿ ਮੈਂ ਕਹਿੰਦਾ ਹੁੰਦਾ ਕਿ ਇਲੈਕਸ਼ਨ ਕਮਿਸ਼ਨ ਨਾਮ ਦੀ ਕੋਈ ਚੀਜ਼ ਨਹੀਂ ਸੀ ਕਿਉਂਕਿ ਮੈਂ ਖੁਦ ਆਜ਼ਾਦ ਇਲੈਕਸ਼ਨ ਲੜਿਆ ਸੀਗਾ ਤਾਂ ਮੈਨੂੰ ਪਤਾ ਸਾਰਾ ਕੁਛ ਸ਼ਰਾਬ ਪੋਸਤ ਹੋਰ ਨਸ਼ੇ ਪੈਸਾ ਖੁੱਲ੍ਹ ਕੇ ਚੱਲਿਆ ਇਸ ਵਾਰ ਖੁੱਲ੍ਹ ਕੇ ਇਸ ਦੇ ਬਾਵਜੂਦ ਵੀ ਲੋਕਾਂ ਨੇ ਵੋਟ ਉੱਥੇ ਪਾਈ ਜਿੱਥੇ ਉਹਨਾਂ ਦਾ ਮਨ ਸੀਗਾ 92 ਸੀਟਾਂ ਕਦੇ ਆਈਆਂ ਅੱਜ ਤੱਕ ਅਗਲੀ ਵਾਰੀ ਉਮੀਦ ਕਰਦੇ ਹਾਂ ਕਿ ਹਾਲਾਤ ਇਹੀ ਹੋਣਗੇ ਇਹ ਲਟੇਰਿਆਂ ਨੂੰ ਲੁੱਟੋ ਪਰ ਵੋਟ ਉੱਥੇ ਪਾਓ ਜਿੱਥੇ ਪਾਉਣੀ ਬਣਦੀ ਹੈ ਜੇ ਕੋਈ ਆਪਸ਼ਨ ਹੋਈ ਤਾਂ 117 ਸੀਟਾਂ ਦਾ ਰਿਜ਼ਲਟ ਅਗਲੀ ਵਾਰੀ ਆਊਗਾ ਅਤੇ ਨਹੀਂ ਤਾਂ ਫਿਰ ਖਿਚੜੀ ਤਾਂ ਦਾਲ ਹੀ ਮੰਡੀ ਜਾਣੀ ਜੇ ਕੋਈ ਚੌਥੀ ਗੱਲ ਨਾ ਹੋਈ ਤਾਂ ਉਮੀਦ ਕਰਦੇ ਹਾਂ ਕੁਛ ਨਾ ਕੁਛ ਚੰਗਾ ਹੋਣ ਦੇ ਚਾਂਸ ਹੈ ਜਿਵੇਂ ਹੁਣ ਲੋਕਲ ਲੈਵਲ 'ਤੇ ਜਿਹੜੀਆਂ ਵੋਟਾਂ ਗੀਆਂ ਚਾਹੇ ਉਹ ਹੁਣ ਪੂਰੇ ਸਰਪੰਚੀ ਦੀਆਂ ਆ ਰਹੀਆਂ ਜਾਂ ਜਿਵੇਂ ਤੁਹਾਡੇ ਦਾ ਨਗਰ ਕੌਂਸਲ ਦੀਆਂ ਵੱਡੀਆਂ ਵੋਟਾਂ 5 ਨਗਰ ਕੌਂਸਲ ਦੀਆਂ ਵਜਾ ਇੱਥੇ ਵੀ ਤੁਹਾਨੂੰ ਲੱਗਦਾ ਵੀ ਕੁਛ ਨਾ ਕੁਛ ਫਰਕ ਦੇਖਣ ਨੂੰ ਮਿਲੂਗਾ ਬਿਲਕੁਲ ਮਿਲੂਗਾ ਉਮੀਦ ਕਰਦੇ ਉਹੀ ਨਾ ਗਲਤ ਫਰਕ ਤਾਂ ਵੇਖਣ ਨੂੰ ਮਿਲੂਗਾ ਅੱਜ ਆਪਸ਼ਨ ਨਹੀਂ ਹੈਗੀ ਮੈਂ ਅਸੀਂ ਸੋਚ ਰਹੇ ਹਾਂ ਲੁਧਿਆਣੇ ਮੈਂ ਬੈਠਾ ਔਰ ਦੂਸਰਾ ਸੰਗਰੂਰ ਦੇ ਵਿੱਚ ਵੀ ਵਿਚਰ ਰਹੇ ਹਾਂ ਘੱਟੋ ਘੱਟ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਜਿਹੜੇ ਕੋਈ ਆਜ਼ਾਦ ਉਮੀਦਵਾਰ ਸਾਫ਼ ਅਕਸ ਵਾਲੇ ਹੈਗੇ ਆ ਠੀਕ ਹੈ ਅਸੀਂ ਮੈਂ ਪੰਜਾਬੀ ਮੰਚ ਵੱਲੋਂ ਅਸੀਂ ਉਪਰਾਲਾ ਕਰ ਰਹੇ ਹਾਂ ਅਤੇ ਮੈਂ ਤੁਹਾਡੇ ਨਾਲ ਪਹਿਲੀ ਵਾਰੀ ਗੱਲ ਕਰ ਰਿਹਾ ਅਸੀਂ ਸਪੋਰਟ ਕਰਾਂਗੇ ਉਹਨਾਂ ਲੋਕਾਂ ਨੂੰ ਜਿੰਨੀ ਕੁ ਸਾਡੀ ਸਮਰੱਥਾ ਹੈਗੀ ਹੈ ਅਤੇ ਨਾਲੇ ਤਾਂ ਲੋਕਾਂ 'ਚ ਆਵਾਜ਼ ਆਊਗੀ ਨਾਲੇ ਇੱਕ ਆਉਣ ਵਾਲੇ ਸਮੇਂ ਦੀ ਜਿਹੜੀ ਇੱਕ ਨੀਂਹ ਜਿਹੜੀ ਆਪਾਂ ਕੋਈ ਭਰਨੀ ਕਿਸੇ ਚੀਜ਼ ਦੀ ਅਤੇ ਫਿਰ ਹੀ ਕੋਈ ਉਹ 'ਤੇ ਬਿਲਡਿੰਗ ਬਣਦੀ ਹੈ ਨਾ ਉਹਦੇ ਵੱਲ ਵੀ ਅਸੀਂ ਦੋ ਪੈਰ ਪੱਟਾਂਗੇ ਅਤੇ ਉਮੀਦ ਕਰਦੇ ਹਾਂ ਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਅਸੀਂ ਸੁਨੇਹਾ ਤਾਂ ਸਾਰੇ ਪੰਜਾਬ 'ਚ ਹੀ ਦੇਵਾਂਗੇ ਅਤੇ ਲੁਧਿਆਣਾ ਅਤੇ ਸੰਗਰੂਰ ਦੀਆਂ ਜਗ੍ਹਾ 'ਤੇ ਦੋ ਥਾਵਾਂ 'ਤੇ ਫੋਕਸ ਕਰਕੇ ਇੱਥੇ ਜਿਹੜੇ ਕੋਈ ਚੰਗੇ ਕਿਰਦਾਰ ਵਾਲੇ ਲੋਕ ਜੇ ਕੋਈ ਆਜ਼ਾਦ ਖੜਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਮਤਲਬ ਅਸੀਂ ਮੈਂ ਪੰਜਾਬੀ ਮੰਚ ਵੱਲੋਂ ਬਿਨਾਂ ਸ਼ਰਤ ਹਮਾਇਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਆਈਡੀਆ ਹੋਊਗਾ ਕਿ ਲੋਕਾਂ 'ਚ ਅਵੇਅਰਨੈਸ ਕਿੰਨੀ ਹੈਗੀ ਹੈ ਜੇ ਥੋੜ੍ਹਾ ਬਹੁਤ ਵਿਹਾਰਾ ਹੋਊਗਾ ਤਾਂ ਸਾਨੂੰ ਵੀ ਹੌਸਲਾ ਹੋਜੂਗਾ ਕਿ ਅਸੀਂ ਠੀਕ ਕੰਮ ਕਰ ਰਹੇ ਹਾਂ ਲੋਕ ਸਾਨੂੰ ਵੇਖ ਰਹੇ ਆ ਉਮੀਦ ਕਰਦੇ ਹਾਂ ਇਹ ਹੋਊਗਾ ਤੁਸੀਂ ਖੁਦ ਵੀ ਚੋਣ ਲੜ ਸਕਦੇ ਨਹੀਂ ਮੈਂ ਤਾਂ ਇਸ ਚੋਣ 'ਚੋਂ ਕੀ ਲੈਣਾ ਮਤਲਬ ਇਹਨਾਂ ਚੋਣਾਂ ਨੂੰ ਜੇ ਅਸੀਂ ਅੱਜ ਲੜਨ ਲੱਗ ਜਾਂਗੇ ਤਾਂ ਇਹ ਤਾਂ ਫਿਰ ਚਾਹੁੰਦੇ ਹੀ ਹੈ ਇਹ ਤਾਂ ਸਾਨੂੰ ਇੱਕ ਪੋਲੀਟੀਕਲ ਰਗਤ ਦੇਣੀ ਚਾਹੁੰਦੇ ਆ ਇਹ ਕਹਿੰਦੇ ਇਹ ਕਹਿਣਗੇ ਹਾਂ ਜੀ ਸੇਖੋਂ ਜੀ ਹੁਣ ਇਹ ਤਾਂ ਇਲੈਕਸ਼ਨ ਲੜੂਗਾ ਪਹਿਲੀ ਗੱਲ ਤਾਂ ਹੈ ਇਲੈਕਸ਼ਨ ਅਸੀਂ ਕਿਉਂ ਨਾ ਲੜਾਂਗੇ ਪਹਿਲਾ ਕੁਸ਼ਚਨ ਤਾਂ ਹੈ ਦੂਜੀ ਗੱਲ ਅੱਜ ਸਾਡੀ ਲੋੜ ਹੀ ਨਹੀਂ ਹੈਗੀ ਅੱਜ ਐਵੇਂ ਇਲੈਕਸ਼ਨ ਦੀ ਗੱਲ ਕਰਨ ਦਾ ਕੀ ਆਈਡੀਆ ਅਸੀਂ ਤਾਂ ਕੋਈ ਪਾਰਟੀ ਨਹੀਂ ਕੋਈ ਹੋਰ ਇਹਤੇ ਵਰਕ ਨਹੀਂ ਕੋਈ ਕੈਡਰ ਨਹੀਂ ਹੈਗਾ ਕੋਈ ਕੁਛ ਨਹੀਂ ਹੈਗਾ ਅਤੇ ਅੱਜ ਆਪਾਂ ਕਹੀਏ ਵੀ ਇਲੈਕਸ਼ਨ ਲੜਾਂਗੇ ਹਾਂ ਜਿਹੜਾ ਇਹ ਉੱਦਮ ਕਰ ਰਹੇ ਹਾਂ ਇਹ ਜੇ ਇਹਨੇ ਇਹਨਾਂ 'ਚ ਕੋਈ ਸੁਧਾਰ ਨਹੀਂ ਆਉਂਦਾ ਅਤੇ ਫਿਰ ਮਜਬੂਰੀ ਸਾਡੀ ਵੀ ਹੋ ਜੂਗੀ ਅਤੇ ਲੋਕਾਂ ਦੀ ਵੀ ਹੋ ਜੂਗੀ ਫਿਰ ਦੇਖ ਲਾਂਗੇ ਲੋਕਾਂ ਤੋਂ ਸਲਾਹ ਲੈ ਲਾਂਗੇ ਪੁੱਛ ਲਾਂਗੇ 3 ਸਾਲ ਪਏ ਜੇ ਲੋਕ ਕਹਿਣਗੇ ਠੀਕ ਹੈ ਲੋਕਾਂ ਦੀ ਆਵਾਜ਼ ਤਾਂ ਲਈ ਜਾ ਸਕਦੀ ਹੈ ਤਾਂ ਲੋਕਾਂ ਤੋਂ ਪੁੱਛਦੇ ਨਹੀਂ ਅਸੀਂ ਤਾਂ ਪੁੱਛ ਸਕਦੇ ਹਾਂ ਅਸੀਂ ਲੋਕਾਂ 'ਚ ਵਿਚਰਨਾ ਅਤੇ ਲੋਕਾਂ ਦੀ ਆਵਾਜ਼ ਹੋਊਗੀ ਤਾਂ ਕਿਉਂ ਨਹੀਂ ਫਿਰ ਕੋਈ ਹੱਲ ਹੱਲ ਕੱਢਾਂਗੇ ਪਰ ਮੈਂ ਚਾਹੁੰਦਾ ਨਹੀਂ ਕਿ ਇਸ ਚੀਜ਼ ਪਾਸੇ ਇਸ ਪਾਸੇ ਸਾਨੂੰ ਤੁਰਨਾ ਪਵੇ ਇਹੀ ਜਿਹੜਾ ਸਿਸਟਮ ਸਟੈਬਲਿਸ਼ ਹੈਗਾ ਇਹੀ ਜੇ ਪੰਜਾਬ ਦਾ ਭਲਾ ਕਰਨ ਤਾਂ ਇਹਨਾਂ ਨੂੰ ਕਿਹੜਾ ਕੋਈ ਪਰਮਿਸ਼ਨ ਲੈਣੀ ਕਿਸੇ ਤੋਂ ਚੰਗਾ ਕਰਨ ਵਾਸਤੇ ਤਾਂ ਇਹਨਾਂ ਨੂੰ ਨਸੀਹਤ ਕਰਦੇ ਹਾਂ ਇਹਨਾਂ ਨੂੰ ਅਪੀਲ ਕਰਦੇ ਹਾਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਸਟੇਟ ਨੂੰ ਥੋੜ੍ਹਾ ਬਹੁਤ ਜਿਉਂਦੇ ਰਹਿਣ ਦਿਓ ਜੇ ਤੁਸੀਂ ਖਾਣਾ ਲੁੱਟਣਾ ਵੀ ਹੈਗਾ ਤਾਂ ਲਾਸ਼ਾਂ ਦੇ ਵਿੱਚੋਂ ਕੀ ਕੱਢੋਗੇ ਠੀਕ ਹੈ ਸਾਨੂੰ ਮਤਲਬ ਇਹ ਸ਼ਮਸ਼ਾਨ ਘਾਟ ਬਣਾਈ ਉਸ ਸਟੇਟ ਨੂੰ ਥੋੜ੍ਹਾ ਬਹੁਤ ਪੈਰਾਂ 'ਤੇ ਲਿਆਓ ਤਾਂ ਕਿ ਇਹਨੂੰ ਜੇ ਤੁਸੀਂ ਲੁੱਟਣਾ ਵੀ ਹੈਗਾ ਤਾਂ ਘੱਟੋ ਘੱਟ ਤੁਹਾਨੂੰ ਕੋਈ ਉਹਦਾ ਤਕਲੀਫ ਨਾ ਹੋਵੇ ਜਾਂ ਲੋਕਾਂ ਨੂੰ ਜਿਹੜਾ ਹੈਗਾ ਆਪਣੇ ਆਪ ਨੂੰ ਇੰਨਾ ਜਿਹੜਾ ਹੈਗਾ ਨੁਕਸਾਨ ਕਰਾਉਣ ਦੇ ਵਿੱਚ ਮਹਿਸੂਸ ਨਾ ਹੋਵੇ ਅੱਜ ਦੀ ਡੇਟ ਵਿੱਚ ਅਸੀਂ ਸਾਰੇ ਪਾਸਿਆਂ ਤੋਂ ਐਜੂਕੇਸ਼ਨ ਤੋਂ ਹੈਲਥ ਤੋਂ ਨਸ਼ਿਆਂ ਦੇ ਮਾਮਲੇ 'ਚ ਇੰਨਾ ਕੁ ਥੱਲੇ ਆ ਚੁੱਕੇ ਹਾਂ ਅਤੇ ਔਰ ਇਹ ਸਾਰੇ ਸ਼ਰਮ ਨਹੀਂ ਆਉਂਦੀ ਡਰਾਮੇ ਕਰਦੇ ਵੀ ਅਸੀਂ ਆਹ ਕਰ ਦਿੱਤਾ ਜੀ ਇੰਨੇ ਪੜ੍ਹ ਲਏ ਜੀ ਕਰਪਸ਼ਨ ਖਤਮ ਕਰ ਦਿੱਤੀ ਜੀ ਕਰਪਸ਼ਨ ਥੱਲਿਓਂ ਉੱਪਰ ਥੋੜ੍ਹਾ ਖਤਮ ਹੁੰਦੀ ਕਰਪਸ਼ਨ ਤਾਂ ਉੱਪਰੋਂ ਥੱਲੇ ਖਤਮ ਹੋਊਗੀ ਇਸ ਕਰਕੇ ਸਭ ਕੁਝ ਠੀਕ ਹੋ ਸਕਦਾ ਜੇ ਇਸ ਸਟੇਟ ਦਾ ਸੀ ਐਮ ਇਮਾਨਦਾਰ ਸੁਹਿਰਦ ਅਤੇ ਨੇਕ ਨੀਤੀ ਵਾਲਾ ਹੋਵੇ ਤਾਂ ਸਟੇਟ ਜਿਹੜੀ ਹੈ
ਚਲੇ ਗਏ ਲੋਕ, ਉਹਨਾਂ ਦਾ ਅੰਕੜੇ ਸਾਡੇ ਕੋਲ ਨਹੀਂ ਹੈ, ਕਿਉਂਕਿ ਲੋਕ ਦੱਸਦੇ ਕੋਈ ਸਾਡਾ ਬੱਚਾ ਨਸ਼ੇ ਨੂੰ ਬਣੇ, ਅੱਧੇ ਤੋਂ ਵੱਧ ਅੰਕੜੇ ਹੈ ਨਹੀਂ ਤੁਹਾਡੇ ਕੋਲ। ਗਰੀਬ ਲੋਕ ਜਿਹੜੇ ਬਾਹਰ ਬਿਲਕੁਲ ਉਹ ਐਕਸਪੋਜ਼ ਹੋ ਰਹੇ ਆ, ਅਮੀਰਾਂ ਦੇ ਘਰ ਜਿਹੜਾ ਵੜਿਆ ਹੋਇਆ, ਮਿਡਲ ਕਲਾਸ 'ਚ ਵੜਿਆ ਹੋਇਆ, ਨਸ਼ਾ ਤਾਂ ਪਤਾ ਹੀ ਤੁਹਾਡੇ ਸਾਹਮਣੇ। ਤੋ ਇਸ ਕਰਕੇ ਕਬਰਸਤਾਨ ਨੂੰ ਮਾੜੀ ਹਾਲਤ ਹੈ, ਕਬਰਸਤਾਨ ਤਾਂ ਸਿਰਫ ਮੁਰਦੇ ਹੁੰਦੇ, ਅਸੀਂ ਜਿਉਂਦੇ ਮਰਦੇ ਹਾਂ, ਜਿਹਨੂੰ ਸਹੀ ਵਿਸ਼ਲੇਸ਼ਣ ਕਰਨਾ ਹੋਵੇ। ਪਰ ਇਹਦਾ ਹੱਲ ਜਿਹਨਾਂ ਕੋਲ ਮਾਲਕ ਸਰਕਾਰ ਬਣਾਈ ਹੈ ਇਹ ਠੀਕ ਹੋ ਕੇ ਕੰਮ ਕਰਨ, ਹੱਲ ਕੀ ਨਹੀਂ ਹੈਗਾ। ਮੈਂ ਦੱਸਿਆ ਤੁਹਾਨੂੰ ਵੀ ਇੱਕ ਮੀਟਿੰਗ ਤੋਂ ਹੀ ਸਿੱਧ ਹੋ ਸਕਦਾ ਵੀ ਸਿੱਧੇ ਪਾਸੇ ਤੁਰ ਪਏ, ਅਤੇ ਰੀੜ ਤਾਂ ਟੁੱਟੀ ਜਾਣੀ ਹੈ, ਕੁਛ ਵੀ ਨਹੀਂ ਹੈਗਾ। ਇਹ ਨੈਕਸਸ ਨੂੰ ਜੇ ਸਭ ਤੋਂ ਕਮਾਊ ਪੁੱਤ ਚਿੱਟਾ ਹੈ, ਅਤੇ ਚਿੱਟੇ ਨੂੰ ਤੁਸੀਂ ਵਪਾਰ ਛੱਡ ਦਿਓ, ਕਰਪਸ਼ਨ ਵਾਲੇ ਪਾਸਿਓਂ ਪਿੱਛੇ ਹਟ ਜਾਓ, ਤਾਂ ਕਿਵੇਂ ਕਰ ਲੈਣਗੇ ਜੀ, ਸਰਕਾਰ ਤੋਂ ਬਿਨਾਂ ਕਿਵੇਂ ਹੋ ਜੂਗਾ। ਠੀਕ ਹੈ, ਆਹ ਸਾਰਾ ਕੁਛ ਹੀ ਹੈ, ਆਹੀ ਸਰਕਾਰਾਂ ਜਿਹੜੀਆਂ ਸਿਕਿਉਰਟੀਆਂ ਜਿਹੜੀਆਂ ਇਹਨਾਂ ਚੋਰਾਂ ਠੱਗੀਆਂ 'ਚ ਪਈ ਹੋਈ ਹੈ, ਉਹ ਪੁਲਿਸ ਲਿਆ ਕੇ ਇੱਥੇ ਲਾਓ, ਸਟੇਟ ਦੀ ਸੇਵਾ ਵਾਸਤੇ ਇੱਥੇ ਤੁਹਾਨੂੰ ਪੁਲਿਸ ਹੀ ਪੁਲਿਸ ਦਿਖਾਈ ਦੇਊਗੀ, ਜਿਹੜੀ ਦਿਸਦਾ ਹੀ ਕੁਛ ਨਹੀਂ ਹੈਗਾ। ਇਸ ਤੋਂ ਇਲਾਵਾ 20 ਤਰੀਕੇ ਹੈਗੇ ਹੋਰ, ਮਤਲਬ ਜਿਹੜੇ ਆਪ ਹੀ ਗੱਲਾਂ ਕਰਦਾ ਹੁੰਦਾ ਸੀ ਇਹ, ਭਗਵੰਤ ਮਾਨ ਹੀ ਕਹਿੰਦਾ ਸੀ ਨਾ ਵੀ ਸਾਡੀ ਕੋਈ ਜਿਹੜਾ ਬਦਲ ਦੇਵਾਂਗੇ, ਅਸੀਂ ਕੋਈ ਔਰਗੈਨਿਕ ਨਸ਼ਾ ਦੇ ਜਾਵਾਂਗੇ, ਅਸੀਂ ਉਹ ਖੇਤੀ ਲੈ ਕੇ ਆਵਾਂਗੇ। ਠੀਕ ਹੈ, ਫਿਰ ਲੈ ਆਵੇ, ਹੁਣ ਕੀ ਦਿੱਕਤ ਹੈਗੀ, ਹੁਣ ਕਿ ਚੁੱਪ ਗਏ, ਇਹਦੀ ਸੁਣੀ ਆਉਣਗੇ ਤੁਸੀਂ ਵੀ, ਇਹਦੀ ਆਪਣੀ ਹੈ, ਅਤੇ ਫਿਰ ਅਸੀਂ ਆਪਣੀ ਗੱਲ ਤਾਂ ਬਾਅਦ ਹੀ ਕਰਦੇ ਹਾਂ, ਇਹ ਆਪਣੀ ਗੱਲ ਹੀ ਪਗਾ ਲਵੇ ਫਿਰ, ਇਹੀ ਕਹਿੰਦਾ ਹੁੰਦਾ ਸੀ, ਅੱਜ ਕਿੱਥੇ ਆਓ। ਇਸ ਕਰਕੇ ਨਸ਼ੇ ਖਤਮ ਕਰਨੇ ਕੋਈ ਔਖਾ ਕੰਮ ਨਹੀਂ, ਜੇ ਮਤਲਬ ਇਹਨਾਂ ਦੀ ਨੀਤ ਸਾਫ਼ ਹੋਵੇ। ਪਰ ਨੀਤ ਸਾਫ਼ ਕਿਉਂ ਹੈ, ਕਿਉਂ ਨਹੀਂ ਹੈਗੀ, ਕਿਉਂਕਿ ਬਹੁਤ ਜ਼ਿਆਦਾ ਕਮਾਈ ਹੈ, ਅੰਨਾ ਪੈਸਾ ਜਿਹੜਾ ਇਹਨੂੰ ਚਾਹੀਦਾ ਸਟੇਟ ਨੂੰ ਲੁੱਟ ਕੇ, ਅਤੇ ਕੇਜਰੀਵਾਲ ਜਿਹੜਾ ਹੈਗਾ ਪ੍ਰਧਾਨ ਮੰਤਰੀ ਬਣਨ ਨੂੰ ਫਿਰਦਾ, ਜਾਂ ਮਤਲਬ ਆਪਣੀ ਪਾਰਟੀ ਨੂੰ ਇੰਡੀਆ ਦੇ ਵਿੱਚ ਲੈ ਕੇ ਜਾਣਾ ਚਾਹੀਦਾ। ਉਹ ਖਾਦ ਜਿਹੜੀ ਹੈਗੀ ਹੈ ਸਾਡੇ ਲਹੂ ਮਾਸ ਦੀ ਪੈ ਰਹੀ ਹੈ, ਅਤੇ ਉਹ ਜਿਹੜਾ ਹੈਗਾ ਸਾਡੇ ਬਰਦਾਸ਼ਤ ਤੋਂ ਬਾਹਰ ਹੈ, ਅਤੇ ਆਉਣ ਵਾਲਾ ਸਮਾਂ ਜਿਹੜਾ ਹੈਗਾ ਪਰਮਾਤਮਾ ਦੀ ਕਚਹਿਰੀ ਵੀ ਹੈਗੀ ਹੈ, ਅਤੇ ਅਗਾਂਹ ਲੋਕਾਂ ਦੀ ਕਚਹਿਰੀ ਵੀ ਹੈਗੀ ਹੈ, ਵੋਟਾਂ ਦਾ ਅਧਿਕਾਰ ਸਾਡੇ ਕੋਲ ਹੈਗਾ, ਅਤੇ ਬਾਕੀ ਜਿਹੜਾ ਦਾਤੇ ਨੇ ਜਿਹੜਾ ਕਰਮਾਂ ਦਾ ਫਲ ਦੇਣਾ ਦਾ, ਉਹ ਵੀ ਇੱਥੇ ਹੈਗਾ, ਇੱਥੇ ਭੁਗਤ ਕੇ ਜਾਣਗੇ ਸਰ ਜੀ। ਮੇਰਾ ਲਾਸਟ ਸਵਾਲ ਆ, ਜਿਹੜੀਆਂ ਰਵਾਇਤੀ ਪਾਰਟੀਆਂ, ਚਾਹੇ ਉਹ ਮੌਜੂਦਾ ਪਾਰਟੀ ਚਾਹੇ ਪਿਛਲੀਆਂ ਪਾਰਟੀਆਂ, ਕੋਈ ਬੰਦੇ ਤਾਂ ਉਹਨਾਂ 'ਚ ਚੰਗੇ ਹੋਣਗੇ, ਸਾਰੇ ਤਾਂ ਨਹੀਂ ਇੱਕੋ ਜਿਹੇ। ਅਫਸੋਸ ਨਾਲ ਕਹਿਣਾ ਪੈਂਦਾ, ਮੈਨੂੰ ਤਾਂ ਕੋਈ ਦੇਖਦਾ ਨਹੀਂ, ਜੇ ਤੁਹਾਨੂੰ ਦਿਸਦਾ ਹੋਵੇ ਜ਼ਰੂਰ ਦੱਸਿਆ ਜੇ, ਮੈਂ ਤੁਹਾਨੂੰ ਹੁਣੇ ਕੰਸਿਡਰ ਕਰਕੇ ਦੱਸ ਦੂੰਗਾ। ਮੇਰੀ ਪ੍ਰੋਬਲਮ ਵੀ ਇਹ ਹੈ ਕਿ 32 ਸਾਲ ਦੀ ਪੁਲਿਸ ਦੀ ਨੌਕਰੀ ਕਰਕੇ ਜਿਹੜਾ ਵੀ ਸੈਟਅਪ ਇਸ ਟਾਈਮ ਕੰਮ ਕਰ ਰਿਹਾ ਟੌਪ 'ਤੇ, ਭਾਵੇਂ ਬਿਊਰੋਕ੍ਰੇਸੀ 'ਚ ਹੈ, ਭਾਵੇਂ ਜੁਡੀਸ਼ਰੀ 'ਚ ਹੈ, ਭਾਵੇਂ ਉਹ ਪੋਲੀਟੀਸ਼ਨ ਹੈ, ਇਹਨਾਂ ਸਾਰਿਆਂ ਨੂੰ ਬਿਲਕੁਲ ਧੇੜ ਦਾ ਨੰਗ ਜਾਣਦਾ ਮੈਂ ਇਹਨਾਂ ਸਾਰਿਆਂ ਦਾ, ਤਾਂ ਮੈਂ ਥੋੜ੍ਹੀ ਨਿਰਾਸ਼ਾ ਤੁਹਾਨੂੰ ਵੀ ਹੋਊਗੀ ਅਤੇ ਮੈਨੂੰ ਵੀ ਦੁੱਖ ਹੁੰਦਾ, ਕਹਿਣ ਲੱਗਿਆ ਅੱਜ ਜ਼ੀਰੋ ਹੈ, ਕੁਛ ਨਹੀਂ ਹੈਗਾ ਇਸ ਟਾਈਮ ਪੰਜਾਬ 'ਚ, ਇੱਕ ਬੰਦਾ ਵੀ ਉਹ ਨਹੀਂ ਹੈਗਾ ਜਿਹਦੇ 'ਤੇ ਐਤਬਾਰ ਕੀਤਾ ਜਾ ਸਕੇ ਪੰਜਾਬ ਸਟੇਟ ਨੂੰ ਬਚਾਉਣ ਵਾਸਤੇ ਕੋਈ ਕਰ ਲੂਗਾ। ਡਰਾਮੇਬਾਜ਼ ਹੈਗੇ ਸਾਰੇ, ਡਰਾਮੇ ਆਪਣੀ ਦੁਕਾਨਾਂ ਵੱਡੀਆਂ ਵੱਡੀਆਂ ਕਰਕੇ, ਬਸ ਆਹ ਪਾਣੀ ਨਹੀਂ ਜਾਣ ਦਿਆਂਗੇ ਅਤੇ ਕੁਰਬਾਨੀਆਂ ਦੇ ਦਿਆਂਗੇ, ਆਹ ਕਰ ਦਿਆਂਗੇ ਅਤੇ ਉਹ ਕਰ ਦਿਆਂਗੇ, ਇਲਜ਼ਾਮ ਆਪਦੇ 'ਤੇ ਕਰਪਸ਼ਨਾਂ ਦੇ, ਪਰਚੇ ਆਪਦੇ 'ਤੇ, ਜੇ ਇਹ ਸਾਫ਼ ਸੁਥਰੇ ਹੋਣ ਤਾਂ ਇਹਨਾਂ 'ਤੇ ਕੇਸ ਕਿਉਂ ਰਜਿਸਟਰ ਹੋਏ ਹੈ? ਭਾਵੇਂ ਇੱਕ ਦੂਜੇ ਦੇ ਉਹ ਇਹ ਕਰਦੇ ਆ, ਪਰ ਹੁੰਦਾ ਤਾਂ ਸੱਚੇ ਹੈ ਨਾ, ਜੇ ਕਰਪਸ਼ਨ ਹੋਈ ਹੈ ਤਾਂ ਹੀ ਪਰਚੇ ਦਰਜ ਹੁੰਦੇ ਆ, ਰੁਦਰ ਸਿੰਘ ਉਹਦੇ ਨਹੀਂ ਹੋ ਗਿਆ, ਸਾਨੂੰ ਤਾਂ ਨਜਾਇਜ਼ ਨਹੀਂ ਦੱਸਣਾ ਪਿਆ ਨਾ, ਅਤੇ ਇਹਨਾਂ ਦੇ ਤਾਂ ਹੁੰਦੇ ਆ, ਇਹਦੇ ਮਤਲਬ ਗਲਤ ਕੰਮ ਤਾਂ ਕਰਦੇ ਆ, ਤਾਂ ਸੋ ਸਾਰੇ ਜਿਹੜੇ ਹੈਗੇ ਆ ਸਮਾਂ ਚੁਣਗੇ ਆ, ਕੋਈ ਵੀ ਜਿਹੜਾ ਹੈਗਾ ਚਿਹਰਾ ਪੰਜਾਬ ਦਿਖਾਈ ਨਹੀਂ ਦਿੰਦਾ। ਤੁਹਾਡੇ ਕੋਲ ਕੋਈ ਹੋਵੇ ਤਾਂ ਤੁਸੀਂ ਮੈਥੋਂ ਪੁੱਛ ਸਕਦੇ ਹੋ, ਮੈਂ ਉਹਦੇ ਬਾਰੇ ਤੁਹਾਨੂੰ ਜਵਾਬ ਦੇ ਸਕਦਾ। ਜੀ ਸੇਖੋ ਸਾਹਿਬ, ਤੁਸੀਂ ਸਮਾਂ ਦਿੱਤਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ, ਬਹੁਤ ਬਹੁਤ ਜੀ। ਸੋ ਇਹ ਸੀ ਸਾਬਕਾ DSP ਬਲਵਿੰਦਰ ਸਿੰਘ ਸੇਖੋ, ਜਿਹਨਾਂ ਨੇ ਪੰਜਾਬ ਦੇ ਚਲੰਤ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ, ਖਾਸ ਕਰਕੇ ਡਰੱਗ ਦੇ ਵਿਸ਼ੇ ਨੂੰ ਲੈ ਕੇ। ਅੱਗੇ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ, ਦੇਖਦੇ ਰਹੋ ਟਾਕ ਵਿਦ ਰਤਨ। ਧੰਨਵਾਦ ਜੀ।